ਗਰੇ ਮੰਤਰੀ ਜੀ ਤੁਹਾਡੀ ਗੱਲਬਾਤ ਵੀ ਸੀਗੀ ਤੇ ਪੰਜਾਬ ਦੇ ਉਤੇ ਦਾਰਾਸ਼ਨੀ ਸ਼ਰਮਾ ਜੀ ਦੇ ਨਾਲ ਗੱਲਬਾਤ ਰਹੀ ਅਸ਼ਵੀ ਸ਼ਰਮਾ ਤੁਹਾਡੇ ਵਾਸਤੇ ਵੀ ਆਂਦੇ ਮਨਾਉਂਦੇ ਵੀ ਆ ਲੇਕਿਨ ਭਾਜਪਾ ਕਿਉਂ ਦਮ ਛੱਡ ਦਿੱਤੀ ਜਾਂਦੀ ਹੈ ਵਜ੍ਹਾ ਕੀ ਰਹਿੰਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਭਾਈਚਾਰਾ ਖਰਾਬ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੋਵੇ ਹੋਟਲ ਦੇ ਵਿੱਚ ਇੱਕ ਵਿਧਾਨ ਸਭਾ ਇਲੈਕਸ਼ਨ ਲੜਦੇ ਨੇ ਇੱਕ ਕੈਂਡੀਡੇਟ ਵਿਧਾਨ ਸਭਾ ਦੇ ਇਲੈਕਸ਼ਨ ਵੀ ਲੜ ਚੁੱਕੇ ਦੋ ਵਾਰ ਲੜ ਚੁੱਕੇ ਹੋਏ ਨੇ ਉਹ ਤੁਹਾਡੀ ਹੋਟਲ ਦੇ ਵਿੱਚ ਕਿਹੜੀ ਗੱਲਬਾਤ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਸਲੈਪ ਤੱਕ ਮਾਰ ਦਿੰਦੇ ਹੋ ਤੁਸੀਂ ਕਿੰਨਾ ਦੀ ਗੱਲ ਕਰਦੇ ਹੋ ਨੋਂ ਲੈ ਕੇ ਗੱਲ ਕਰੋ ਮੇਰੇ ਨਾਲ ਨਾ ਮੈਂ ਇਹਨਾਂ ਕਰਕੇ ਪਾਰਟੀ ਛੱਡੀ ਹੈ ਨਾ ਇਹ ਮੇਰਾ ਕੋਈ ਵਿजूद ਖਰਾਬ ਕਰ ਸਕਦੇ ਸੀ ਨਾ ਇਹ ਮੇਰਾ ਬਣਾ ਸਕਦੇ ਸੀ ਨਾ ਇਹਨਾਂ ਦਾ ਐਡਾ ਕੱਦ ਹੈ ਕੁਆਲਟੀ ਛੱਡ ਕੇ ਹੁਣ ਸ਼ੋਅ ਨਿਕਲਣ ਦੀ ਗੱਲਬਾਤ ਕਰੋਗੇ ਲੇਕਿਨ ਬੀਜੇਪੀ ਤੇ ਜਦੋਂ ਸੀਗੇ ਤੁਸੀਂ ਚੇਟਰੀ ਸਾਹਿਬ ਤੇ ਉਦੋਂ ਹੀ ਵਿਰੋਧ ਕਰਨਾ ਸ਼ੁਰੂ ਕਿਉਂ ਨਹੀਂ ਕੀਤਾ ਜਦੋਂ ਦੋ ਸਮਾਂ ਦੋ ਮਹੀਨੇ ਜਦੋਂ ਕਿਸਾਨ ਉੱਥੇ ਬੈਠੇ ਸੀਗੇ ਉਸ ਤੋਂ ਬਾਅਦ ਚੇਟਰੀ ਸਾਹਿਬ ਬੀਜੇਪੀ ਦਾ ਕੋਈ ਵੀ ਲੀਡਰ ਜਿਹੜਾ ਇਹਦੇ ਵਿੱਚ ਨਹੀਂ ਦੇ ਰਿਹਾ ਸੀ ਕਿ ਅਗਰ ਤੁਸੀਂ ਸੈਂਟਰ ਸਰਕਾਰ ਨੂੰ ਫਰਮਾਨ ਦੇ ਸਕਦੇ ਸੀ বিজেপি ਤੁਹਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਕਿ বিজেপি ਪਸਾਰੀ ਅਸਤੀਫਾ ਦੇਗੀ ਪਾਰਟੀ ਦੇ ਵਿੱਚੋਂ বিজেপি ਦੀ ਅਗਰ ਤੱਕ ਕਿਸਾਨਾਂ ਦਾ ਹੱਲ ਨਹੀਂ ਕੀਤਾ ਜਾਦਾ ਤਾਂ ਅੱਤ ਤਾ ਤੁਹਾਡੇ ਕੋਈ ਵੀ ਪ੍ਰਧਾਨ ਨਹੀਂ ਬੁੱਲੇ ਫੇਸਬੁੱਕ ਦੇ ਉੱਤੇ ਟਾਈਮ ਵੀ ਆ ਜਾਂਦਾ ਡੇਟ ਵੀ ਆ ਜਾਂਦੀ ਹੈ ਸਨ ਵੀ ਆ ਜਾਂਦਾ ਤੁਸੀਂ ਮੇਰੀ ਫੇਸਬੁੱਕ ਦਾ ਪੇਜ ਖੋਲ੍ਹ ਲਓ ਕਮਲ ਚੈਟਲੀ ਪੇਜ ਹੈ ਉੱਤੇ ਜਿੰਨੀਆਂ ਵੀਡੀਓ ਪਈਆਂ ਹੋਈਆਂ ਨੇ ਤੁਸੀਂ ਇਕੱਲੀ-ਇਕੱਲੀ ਚੈੱਕ ਕਰ ਸਕਦੇ ਹੋ ਤੁਸੀਂ ਸਾਰਿਆਂ ਦੀ ਮੀਟਿੰਗ ਬੁਲਾਓ ਦਿੱਲੀ ਤੋਂ ਟਾਈਮ ਲਓ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਇਹ ਕੰਮ ਹੋ ਜਾਂਦਾ ਕਿਤੇ ਕੱਟੇ ਹੋ ਕੇ ਜਾਂਦੇ ਤਾਂ ਇਹ ਮੁੱਦਾ ਪੰਜਾਬ ਦਾ ਬਾਰਡਰ ਟੱਪ ਦਾ ਨਹੀਂ ਸੀ ਇੱਥੇ ਆ ਲੋ ਜਣੇ ਇਹ ਕੋਈ ਬੜੀਆਂ ਬੜੀਆਂ ਗੱਲਾਂ ਦੇਖੋ ਜਦੋਂ ਚਾਰ ਬੰਦੇ ਬੈਂਦੇ ਆ ਕੋਈ ਕੁਛ ਕਿਆਫਾ ਲਾਉਂਦਾ ਕੋਈ ਕੁਛ ਲਾਉਂਦਾ ਲੁਧਰਨਾਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ 22 ਦੀ ਚੋਣਾਂ ਦੇ ਚੱਲਦੇ ਹੋਏ ਕਈ ਸਿਆਸੀ ਜਿਹੜੇ ਧਿਰ ਜਿਹੜੇ ਹੈਗੇ ਨੇ ਪਾਰਟੀਆਂ ਜਿਹੜੀਆਂ ਨੇ ਬਦਲਦੇ ਪਏ ਨੇ ਤੇ ਵਜੂਦ ਕਾਇਮ ਕਰਨ ਦੀ ਕੋਸ਼ਿਸ਼ਾਂ ਜਿਹੜੇ ਕਰ ਰਹੇ ਨੇ ਗੱਲ ਕੀਤੀ ਹੈ ਕਿ ਬੀਜੇਪੀ ਦੀ ਬੀਜੇਪੀ ਦੇ ਗੱਲ ਕੀਤੀ ਜਾਊਗੀ ਦਾ ਬੀਜੇਪੀ ਦਾ ਜਿਹੜਾ ਲਗਾਤਾਰ ਵਿਰੋਧ ਜਿਹੜਾ ਹੋ ਰਿਹਾ ਹੈ ਪਿਛਲੇ 9 ਮਹੀਨੇ ਤੋਂ ਵਿਰੋਧ ਜਿਹੜਾ ਹੋ ਰਿਹਾ ਹੈ ਦਿੱਲੀ ਦੀ ਬਰੂਹਾਂ ਦੇ ਉੱਤੇ ਜਿਹੜੇ ਸਾਡੇ ਕਿਸਾਨ ਬੈਠੇ ਕਈ ਸ਼ਹਾਦਤਾਂ 500 ਆ ਸ਼ਹਾਦਤਾਂ ਹੋ ਗਈਆਂ ਨੇ ਲੇਕਿਨ ਗੱਲ ਕੀਤੀ ਜਾਊਗੀ ਹਰਿਆਣੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਹੁੰਦੀ ਹੈ ਉਸ ਦੇ ਜਿਹੜੇ ਇੱਕ ਪੋਲ ਸਦਾਰਕ ਜਿਹੜੇ ਹੁੰਦੇ ਉਹਨਾਂ ਵੱਲ ਜਿਹੜਾ ਲਾਠੀ ਚਾਰਜ ਕੀਤਾ ਉਹ ਐਚ ਡੀ ਐਮ ਨੂੰ ਐਚ ਡੀ ਐਮ ਜਿਹੜੇ ਹੁੰਦੇ ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਿਸਾਨ ਕਹਿੰਦੇ ਨੇ ਕਿ ਉਹਨਾਂ ਵੱਲੋਂ ਹੀ ਲਾਠੀ ਚਾਰਜ ਦੇ ਆਰਡਰ ਜਿਹੜੇ ਦਿੱਤੇ ਜਾਂਦੇ ਨੇ ਕਮਲ ਚੇਤਰੀ ਦੀ ਗੱਲ ਕਰਾਂਗੇ ਬਹੁਤ ਹੀ ਰਸੂਖ ਜਿਹੜਾ ਰੱਖਦੇ ਸੀਗੇ ਬੀ ਜੇ ਪੀ ਪਾਰਟੀ ਦੇ ਵਿੱਚ ਤੇ ਉਹਨਾਂ ਦੇ ਫਾਦਰ ਸਾਹਿਬ ਬੀ ਜੇ ਪੀ ਦੇ ਕਾਫੀ ਪੁਰਾਣੇ ਜਿਹੜੇ ਨੇ ਵਰਕਰ ਵੀ ਸੀਗੇ ਤੇ ਜਗਾਵਾਂ ਵੀ ਦੇਣ ਵਾਸਤੇ ਗੱਲ ਕੀਤੀ ਉਹ ਜਗਾਵਾਂ ਵੀ ਦਿੱਤੀਆਂ ਸੀਗੇ ਲੇਕਿਨ ਕਮਲ ਚੇਟਲੀ ਆਖਿਰ ਕਿਉਂ ਬੀ ਜੇ ਪੀ ਪਾਰਟੀ ਦੇ ਵਿੱਚੋਂ ਗਏ ਕੀ ਗੱਲਬਾਤ ਹੋਈ ਕਮਲ ਚਿੱਟਲੀ ਲੁਧਿਆਣਾ ਤੋਂ ਆਪਣਾ ਵਰਚਸ ਜਿਹੜਾ ਸੀਗਾ ਬੀਜੇਪੀ ਦੇ ਵਿੱਚ ਬਹੁਤ ਵਧੀਆ ਸੀਗਾ ਤੇ ਉਸ ਤੋਂ ਬਾਅਦ ਚਲੇ ਜਾਂਦੇ ਕਮਲ ਚਿੱਟਲੀ ਸਾਡਾ ਮੌਜੂਦਾ ਗੱਲਬਾਤ ਵੀ ਕਰਦੇ ਕਮਲ ਜੀ ਪਰਦਾ ਲੁਧਰਣਾ ਲਈ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਕਮਲ ਜੀ ਬੀਜੇਪੀ ਛੱਡਣ ਦਾ ਕਾਰਨ ਕੀ ਹੈ ਫਾਦਰ ਸਾਹਿਬ ਬੀਜੇਪੀ ਦੇ ਵਿੱਚ ਰਹੇ ਨੇ ਮਾਹ ਪਾਰਟੀ ਚਗੀ ਬੀਜੇਪੀ ਉਸ ਤੋਂ ਬਾਅਦ ਤੁਹਾਡੀ ਭਗ ਦੌੜ ਵੀ ਬੀਜੇਪੀ ਦੀ ਦੇ ਵਿੱਚ ਰਹੀ ਹੈ ਗਰੇ ਮੰਤਰੀ ਦਾ ਤੁਹਾਡੀ ਗੱਲਬਾਤ ਵੀ ਸੀਗੀ ਤੇ ਪੰਜਾਬ ਦੇ ਉੱਤੇ ਦਾਰਾ ਅਸ਼wini ਸ਼ਰਮਾ ਜੀ ਦੇ ਨਾਲ ਗੱਲਬਾਤ ਲਈ ਅਸ਼wini ਸ਼ਰਮਾ ਤੁਹਾਡੇ ਵਾਸਤੇ ਵੀ ਆਂਦੇ ਮਨਾਂਦੇ ਵੀ ਆ ਲੇਕਿਨ ਭਾਜਪਾ ਇੱਕਦਮ ਛੱਡ ਦਿੱਤੀ ਜਾਂਦੀ ਹੈ ਵਜ੍ਹਾ ਕੀ ਰਹਿੰਦੀ ਹੈ ਦੇਖੋ ਮੇਰੇ ਫਾਦਰ ਸਾਹਿਬ ਦਾ ਸਾਰਾ ਜੀਵਨ ਪਾਰਟੀ ਲਈ ਲੱਗਿਆ ਮੇਰੇ ਜੀਵਨ ਦਾ ਬਹੁਤ ਲੰਬਾ ਅਰਸਾ ਇਸ ਪਾਰਟੀ ਲਈ ਲੱਗਿਆ ਤੇ ਮੇਰਾ ਬੇਟਾ ਵੀ ਕੰਮ ਕਰ ਰਿਹਾ ਸੀ ਔਰ ਮੈਂ ਸਮਝਦਾ ਕਿ ਪਾਰਟੀ ਨੂੰ ਛੱਡਣ ਦਾ ਮੇਰਾ ਸਰਨੋ ਜਿਹੜਾ ਵੱਡਾ ਕਾਰਨ ਸੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਦੀ ਲੀਡਰਸ਼ਿਪ ਪੰਜਾਬੀਆਂ ਦੀ ਰੱਖਿਆ ਨਹੀਂ ਕਰ ਸਕੀ ਪੰਜਾਬੀਆਂ ਦੇ ਹਿੱਤਾਂ ਦੀ ਲੜਾਈ ਨਹੀਂ ਲੜ ਸਕੀ ਨਾ ਉਹਨੇ ਲੜ ਸਕੀ ਹੈ ਤੇ ਨਾ ਲੜ ਸਕਦੀ ਹੈ ਕਿਉਂਕਿ ਅੱਜ ਜਿਹੜੀ ਪੰਜਾਬ ਦੀ ਲੀਡਰਸ਼ਿਪ ਜਿੰਨਾ ਲੋਕਾਂ ਦੇ ਹੱਥ ਚ ਹੈ ਉਹ ਕਮਜ਼ੋਰ ਲੋਕ ਨੇ ਅਣਜਾਣ ਲੋਕ ਨੇ ਇਸ ਕਰਕੇ ਮਤਲਬ ਅਸੀਂ ਜਿੱਥੇ-ਜਿੱਥੇ ਆਪਦਾ ਪੱਖ ਰੱਖਦੇ ਰਹੇ ਹਾਂ ਕਿਉਂਕਿ ਦੇਖੋ ਅਸੀਂ ਪੰਜਾਬ ਦੇ ਸੂਬੇ 'ਚ ਰਹਿੰਦੇ ਆਂ ਔਰ ਪੰਜਾਬ ਦੇ ਪੰਜਾਬ ਨੇ ਜਿਹੜਾ ਬਹੁਤ ਲੰਮਾ ਸਮਾਂ ਕਾਲੇ ਦਿਨਾਂ ਦਾ ਵਿੱਚ ਕੱਟਿਆ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਭਾਈਚਾਰਾ ਖਰਾਬ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੋਵੇ ਔਰ ਪੰਜਾਬ ਦੇ ਵਪਾਰੀ ਖਰਾਬ ਹੋਣ ਵਪਾਰ ਅੰਡਸਟਰੀ ਖਰਾਬ ਹੋਵੇ ਪੰਜਾਬ ਦੇ ਕਿਸਾਨ ਖਰਾਬ ਹੋਣ ਅਸੀਂ ਇਸ ਗੱਲ ਨੂੰ ਬਿਲਕੁਲ ਚਾਹੁੰਦੇ ਨਹੀਂ ਸੀ ਅਸੀਂ ਇਸ ਕਰਕੇ ਛੱਡਿਆ ਕਿਉਂਕਿ ਜਿਹੜੇ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਸਿਰਫ ਆਪਣੀਆਂ ਸਿਕਿਉਰਟੀਆਂ ਇੰਜੋਏ ਕਰਨ ਦੇ ਲਈ ਅੱਜ ਪੰਜਾਬ ਦੇ ਹਿੱਤਾਂ ਦੀ ਗੱਲ ਜੋ ਸੈਂਟਰ 'ਚ ਪਹੁੰਚਾਉਣੀ ਚਾਹੀਦੀ ਸੀ ਉਹਨਾਂ ਨੇ ਪਹੁੰਚਾਈ ਨਹੀਂ ਲੇਕਿਨ ਇੱਕ ਗੱਲ ਵੀ ਹੁੰਦੀ ਹੈ ਇੱਕ ਹੋਟਲ ਦੇ ਵਿੱਚ ਇੱਕ ਵਿਧਾਨ ਸਭਾ ਇਲੈਕਸ਼ਨ ਲੜਦੇ ਨੇ ਕਿ ਕੈਂਡੀਡੇਟ ਵਿਧਾਨ ਸਭਾ ਦੇ ਇਲੈਕਸ਼ਨ ਵੀ ਲੜ ਚੁੱਕੇ ਦੋ ਵਾਰ ਲੜ ਚੁੱਕੇ ਹੋਏ ਨੇ ਉਹ ਤੁਹਾਡੀ ਹੋਟਲ ਵਿੱਚ ਕਿਹੜੀ ਗੱਲਬਾਤ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਸਲੈਪ ਤੱਕ ਮਾਰ ਦਿੰਦੇ ਹੋ ਤੇ ਕੀ ਗੱਲ ਕੀ ਹੁੰਦੀ ਹੈ ਕਿ ਉਹ ਕਾਫੀ ਚਰਚਾ ਦੇ ਵਿੱਚ ਸੀ ਅਸੀਂ ਨਹੀਂ ਕਹਿ ਰਹੇ ਹਾਂ ਅਖਬਾਰਾਂ 'ਚ ਵੱਡੀ ਵੱਡੀ ਫੋਟੋਆਂ ਤੱਕ ਲੱਗੀਆਂ ਸੀ ਉਹ ਕੀ ਵਜ੍ਹਾ ਕੀ ਸੀਗੀ ਤੇ ਕਿਹੜਾ ਕੈਂਡੀਡੇਟ ਸੀ ਜਿਹਨੂੰ ਤੁਸੀਂ ਸਲੈਪ ਮਾਰੀ ਸੀ ਤੁਸੀਂ ਕਿੰਨਾਂ ਦੀ ਗੱਲ ਕਰਦੇ ਹੋ ਨਾਂ ਲੈ ਕੇ ਗੱਲ ਕਰੋ ਮੇਰੇ ਨਾਲ ਨਾਮ ਦਾ ਤੁਸੀਂ ਲੋਗੇ ਨਾ ਜਨਤਾ ਵੀ ਦਾ ਉਹ ਖਵਾਰਾਂ ਨੇ ਛਾਪਿਆ ਨਾਮ ਵੱਡਾ ਵੱਡਾ ਲਿਖਿਆ ਹੋਇਆ ਸੀਗਾ ਦੇਖੋ ਪੰਜਾਬ ਦੇ ਲੋਕ ਅਨਖੀ ਲੋਕ ਨੇ ਜੀ ਠੀਕ ਹੈ ਬਹਾਦਰ ਨੇ ਉਹ ਨਾ ਕਿਸੇ ਦੀ ਨਜਾਇਜ਼ ਗੱਲ ਚੱਲਦੇ ਆ ਤੇ ਨਾ ਕਿਸੇ ਨਾਲ ਨਜਾਇਜ਼ ਕਰਦੇ ਆ ਤੇ ਜੇ ਕੋਈ ਗਾਲ ਕੱਢੂਗਾ ਹੁਣ ਗਾਲ ਦਾ ਫਿਰ ਮਤਲਬ ਤਾਂ ਹੁੰਦਾ ਵੀ ਜੇ ਤੁਹਾਨੂੰ ਕਿਸੇ ਨੇ ਗਾਲ ਕੱਢਦੀ ਉਹਦਾ ਜਵਾਬ ਜਾਂ ਗਾਲ ਨਾਲ ਦਿਓ ਤੇ ਜਾਂ ਕਿਸ ਹੁਣ ਨਾਲ ਦਿਓ ਤੇ ਉਹਨੇ ਜਿਹੇ ਜਿਹੇ ਜਵਾਬ ਲੈਣਾ ਸੀ ਮੈਂ ਤਾਂ ਲੈ ਲਿਆ ਕਿ ਉਸ ਦਾ ਨਾਮ ਕਿਉਂ ਨਹੀਂ ਲੈ ਰਹੇ ਹੋ ਲੀਡਰ ਦਾ ਅਗਰ ਪਾਰਟੀ ਛੱਡ ਦਿੱਤੀ ਹੈ ਤੇ ਉਸ ਲੀਡਰ ਦੇ ਨਾਲ ਕਹਾ ਸੁਣੀ ਹੋਈ ਤੁਸੀਂ ਉਹਨੇ ਤੁਹਾਨੂੰ ਗਾਲ ਕੱਢੀ ਤੁਸੀਂ ਉਹਦੇ ਸਲੈਪ ਮਾਰੀ ਲੇਕਿਨ ਉਹ ਲੀਡਰ ਦਾ ਨਾਮ ਵੀ ਤਾਂ ਲੈਣਾ ਚਾਹੀਦਾ ਜਨਤਾ ਦੇ ਕੋਲ ਜੰਤਰ ਤਾਂ ਹੋਣੀ ਚਾਹੀਦੀ ਇਹ ਗੱਲ ਮੈਂ ਉਸ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹੜਾ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਵੱਡੇ ਅਹੁਦਿਆਂ ਤੇ ਰਹਿ ਕੇ ਪਾਰਟੀ ਦੀ ਬਰੋਤਾ ਕਰੇ ਦੂਸਰੇ ਕਾਂਗਰਸ ਦੇ ਲੀਡਰਾਂ ਨਾਲ ਰਾਜੀਨਾਮਾ ਕਰਕੇ ਆਪਣੇ ਮੌਜੂਦਾ ਕੌਂਸਲਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰੇ ਮੈਂ ਉਸ ਲੀਡਰ ਦਾ ਮੈਂ ਉਸ ਨੂੰ ਲੀਡਰ ਨਹੀਂ ਮੰਨਦਾ ਮੈਂ ਪਾਰਟੀ ਦਾ ਦੁਸ਼ਮਣ ਮੰਨਦਾ ਇਸ ਕਰਕੇ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਲੱਗਾ ਤੁਸੀਂ ਪ੍ਰਵੀਨ ਬਾਂਸਲ ਜੀਵਨ ਗੁਪਤੇ ਤੋਂ ਦੁਖੀ ਹੋ ਕੇ ਪਾਰਟੀ ਛੱਡੀ ਹੈ ਲੋਕ ਕਹਿੰਦੇ ਨੇ ਕਿ ਪ੍ਰਵੀਨ ਬਾਂਸਲ ਦੇ ਨਾਲ ਇਹਨਾਂ ਦੀ ਗੱਲਬਾਤ ਸੀਗੀ ਹੁਣ ਨਾਂ ਮੈਂ ਹੀ ਲੈ ਲੈਂਦਾ ਕਿ ਤੁਸੀਂ ਨਾਮ ਨਹੀਂ ਲਿੱਤਾ ਇਹ ਉਹ ਗੱਲਾਂ ਜੰਤਰ ਹੁੰਦੀਆਂ ਉਸ ਵਾਰ ਜੀਵਨ ਗੁਪਤੇ ਨਾਲ ਤੁਹਾਡੀ ਗੱਲਬਾਤ ਹੁੰਦੀ ਇਸ ਕਰਕੇ ਪਾਰਟੀ ਤੋਂ ਤੁਸੀਂ ਬੀਜੇਪੀ ਛੱਡਣਾ ਚਾਹੁੰਦੇ ਹੋ ਕਿ ਵਜੂਦ ਚੇਟਲੀ ਸਾਹਿਬ ਦਾ ਕਾਇਮ ਹੁੰਦਾ ਹੁੰਦਾ ਤੇ ਉਹ ਦੇਖਦੇ ਨੇ ਸਾਡੀ ਛਵੀ ਡਾਊਨ ਹੋ ਚੁੱਕੀ ਹੈ ਤੇ ਚੇਟਲੀ ਸਾਹਿਬ ਨੂੰ ਕਿਤਨਾ ਕਿੱਥੇ ਨਾਰਾਜ਼ ਕੀਤਾ ਜਾਵੇ ਤੇ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਇਦਾਂ ਦੀ ਗੱਲਾਂ ਸੀ ਨਾ ਮੈਂ ਜਿਹਨੇ ਤੁਸੀਂ 2 9 ਲਏ ਨੇ ਮੈਂ ਤਾਂ ਖਰ ਇਹਨਾਂ ਦਾ 9 ਨਹੀਂ ਲੈਣਾ ਚਾਹੁੰਦਾ ਨਾ ਮੈਂ ਇਹਨਾਂ ਕਰਕੇ ਪਾਰਟੀ ਛੱਡੀ ਹੈ ਨਾ ਇਹ ਮੇਰਾ ਕੋਈ ਵਜੂਦ ਖਰਾਬ ਕਰ ਸਕਦੇ ਸੀ ਨਾ ਇਹ ਮੇਰਾ ਬਣਾ ਸਕਦੇ ਸੀ ਨਾ ਇਹਨਾਂ ਦਾ ਐਡਾ ਕੱਦ ਹੈ ਇਹ ਠੀਕ ਹੈ ਵੀ ਇਹ ਆਪਦੀ ਚਾਪ ਲੂਸੀ ਜੀ ਹਿਯੂਰੀ ਦੇ ਵਿੱਚ ਕਿਤੇ ਦੀ ਕਿਤੇ ਪਹੁੰਚੇ ਹੋਣਗੇ ਤੇ ਮੈਂ ਜੇ ਪਾਰਟੀ ਛੱਡੀ ਹੈ ਮੈਂ ਮੌਜੂਦਾ ਜਿਹੜੇ ਸਾਡੇ ਪ੍ਰਧਾਨ ਦੇ ਆਲੇ-ਦੁਆਲੇ ਚੌਂਕੜੀ ਹੈ ਤੇ ਉਹਦੇ ਵਿੱਚ ਇਹਨਾਂ ਚੋਂ ਵੀ ਕੋਈ ਨਾ ਕੋਈ ਹੋ ਸਕਦਾ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਹੀ ਨਹੀਂ ਕੀਤੀ ਜੋ ਉਹਨਾਂ ਨੂੰ ਕਰਨੀ ਚਾਹੀਦੀ ਸੀ ਦੇਖੋ ਇੱਕ ਰਾਜਨੀਤਿਕ ਬੰਦਾ ਕਿਸੇ ਵੀ ਪਾਰਟੀ 'ਚ ਹੋਵੇ ਪਾਰਟੀਆਂ ਇੱਕ ਵਿਚਾਰਧਾਰਾ ਨੇ ਪਾਰਟੀਆਂ ਫੇਲ ਕਦੋਂ ਹੁੰਦੀਆਂ ਤੇ ਪਾਰਟੀਆਂ ਕਾਮਯਾਬ ਕਦੋਂ ਹੁੰਦੀਆਂ ਨੇ ਪਾਰਟੀਆਂ ਹਮੇਸ਼ਾ ਫੇਲ ਉਦੋਂ ਹੁੰਦੀਆਂ ਜਦੋਂ ਪਾਰਟੀ ਨੂੰ ਚਲਾਉਣ ਵਾਲੇ ਲੋਕ ਗਲਤ ਨੀਤੀਆਂ ਅਪਣਾਉਂਦੇ ਨੇ ਤੇ ਪਾਰਟੀਆਂ ਕਾਮਯਾਬ ਉਦੋਂ ਹੁੰਦੀਆਂ ਨੇ ਲੋਕ ਉਦੋਂ ਉਹਨਾਂ ਲੋਕਾਂ ਦੇ ਮਗਰ ਲੱਗਦੇ ਨੇ ਜਦੋਂ ਲੋਕ ਉਹਨਾਂ ਨੂੰ ਅਭਿਸ਼ਵਾਸ ਹੋਵੇ ਵੀ ਇਹ ਸਾਡੇ ਹਿੱਤਾਂ ਦੀ ਗੱਲ ਕਰ ਸਕਦਾ ਸਾਡੇ ਹੱਕਾਂ ਦੀ ਗੱਲ ਕਰ ਸਕਦਾ ਤੇ ਲੜਾਈ ਲੜ ਸਕਦਾ ਤੁਹਾਡੇ بیٹے ਜਨਰਲ ਸੈਕਟਰੀ ਦਾ ਉੱਦਾਂ ਹੁੰਦਾ ਭਾਜਪੀ ਦੇ ਵਿੱਚ ਮੌਜੂਦਾ ਜਿਹੜਾ ਪ੍ਰਧਾਨ ਹੁੰਦਾ ਯੁਵਾ ਜੈਨ ਉਹ ਅਸਤੀਫਾ ਦੇ ਦਿੰਦਾ ਪ੍ਰਧਾਨਗੀ ਤੋਂ ਤੇ ਪੁਰਾਣਾ ਪ੍ਰਧਾਨ ਫੇਰ ਦੁਬਾਰਾ ਲੱਗ ਜਾਂਦਾ ਆਖਿਰ ਇਹਦੇ ਪਿੱਛੇ ਕੀ ਵਜ੍ਹਾ ਸੀਗੀ ਸੈਕਟਰੀ ਤੁਹਾਡੇ بیٹے ਬੰਦੇ ਨੇ ਨਵਾਂ ਪ੍ਰਧਾਨ ਅਸਤੀਫਾ ਦਿੰਦਾ ਜੈਨ ਤੇ ਪੁਰਾਣਾ ਪ੍ਰਧਾਨ ਲਗਾ ਦਿੱਤਾ ਜਾਂਦਾ ਦੁਬਾਰਾ ਕਿ ਤਾਂ ਉੱਦਾਂ ਜਦੋਂ ਵੱਧਦਾ ਤੁਹਾਡੇ ਮੁੰਡਾ ਵੀ ਪਾਰਟੀ ਜੁਆਇਨ ਕਰਦਾ ਇਸ ਕਰਕੇ ਕਿੱਥੇ ਬੁਖਲਾਟ ਹੋ ਜਾਂਦੀ ਵਿਰੋਧੀਆਂ ਨੂੰ ਜਿਹੜੇ ਮਾੜੇ ਬੰਦੇ ਹੁੰਦੇ ਆ ਨਾ ਸ਼ੇਰ ਤਾਂ ਨਾ ਜੰਗਲ ਚ ਸਾਰੇ ਜਾਨਵਰ ਡਰਦੇ ਆ ਠੀਕ ਹੈ ਗਿੱਦੜ ਉਹ ਫਿਰ ਬੜਕ ਵੀ ਮਾਰ ਠੀਕ ਹੈ ਜੋ ਸ਼ੇਰ ਦੇ ਨੇੜੇ ਹੁੰਦਾ ਪਹਿਲਾਂ ਬੜਕ ਮਾਰਦਾ ਫਿਰ ਪਿੱਛੇ ਨੂੰ ਭੱਜ ਜਾਂਦਾ ਪਰ ਸ਼ੇਰ ਕਦੇ ਕਿਸੇ ਤੋਂ ਡਰਦਾ ਨਹੀਂ ਸ਼ੇਰ ਸ਼ੇਰ ਹੀ ਹੁੰਦਾ ਜੰਗਲ 'ਚ ਸ਼ੇਰ ਇੱਕੋ ਹੀ ਹੁੰਦਾ ਤੇ ਉਹ ਕੱਲਾ ਹੀ ਰਾਜਾ ਹੁੰਦਾ ਇਸ ਕਰਕੇ ਇਹ ਚੀਜ਼ਾਂ ਰਾਜਨੀਤੀਤ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹਨਾਂ ਦਾ ਕੋਈ ਲੰਬਾ ਚੋੜਾ ਫਰਕ ਨਹੀਂ ਪੈਂਦਾ ਜ਼ਿਲ੍ਹਾ ਪ੍ਰਧਾਨਗੀ ਜੀ ਤੁਹਾਡਾ ਨਾਮ ਪਹਿ ਚੁੱਕਾ ਸੀ ਪਰਸ਼ਵਿੰਦਰ ਸਿੰਘਲ ਤੋਂ ਪਹਿਲੇ ਤੁਹਾਡਾ ਨਾਮ ਸੀਗਾ ਹੁਣ ਵੀ ਤਿੰਨ ਚਾਰ ਜਿਹੜੇ ਨਾਮ ਦਿੱਤੇ ਗਏ ਸੀ ਉਹਦੇ 'ਚ ਤੁਹਾਡਾ ਨਾਮ ਸੀਗਾ ਜ਼ਿਲ੍ਹਾ ਪ੍ਰਧਾਨ ਬਣਨ ਵਾਲੇ ਸੀਗੇ ਪਾਰਟੀ ਤੋਂ ਵਿੱਚ ਪਹਿਲੇ ਅਸਤੀਫਾ ਦੇ ਦਿੱਤਾ ਜੇ ਮੈਨੂੰ ਅਹੁਦਿਆਂ ਦੀ ਭੁੱਖ ਹੁੰਦੀ ਮੈਨੂੰ ਟਿਕ ਜਦ ਤਨ ਆਈ ਸੀ ਸ਼ਾਇਦ ਤੁਹਾਡੇ ਚ ਵੀ ਤੁਹਾਡੇ ਵੀ ਇੱਥੇ ਤੁਸੀਂ ਵੀ ਹੋਮੋਗੇ ਔਰ ਮੈਨੂੰ ਉਹਨਾਂ ਨੇ ਖੁੱਲਾ ਕਿਹਾ ਸੀ ਵੀ ਤੇਰੀ ਟਿਕਟ ਵੀ ਪੱਕੀ ਤੇਰੇ ਮੁੰਡੇ ਨੂੰ ਪੰਜਾਬ ਦੀ ਟੀਮ ਚ ਪਾ ਦਿੰਨਾ ਪਰ ਮੈਨੂੰ ਉਹਦੇ ਔਰ ਟਿਕਟਾਂ ਦੀ ਮੇਰੇ ਲਈ ਕੋਈ ਅਹਿਮੀਅਤ ਨਹੀਂ ਕਿਉਂਕਿ ਰਾਜਨੀਤੀ ਮੇਰਾ ਕੋ ਧੰਦਾ ਨਹੀਂ ਪੇਸ਼ਾ ਨਹੀਂ ਰਾਜਨੀਤੀ ਨੂੰ ਮੈਂ ਬਤੌਰ ਸੇਵਾ ਸਮਝਦਾ ਔਰ ਸੇਵਾ ਹੀ ਸਮਝਦਾ ਰਹੂੰਗਾ ਮੈਂ ਅਨ ਕੰਡੀਸ਼ਨਲ ਪਾਰਟੀ ਚ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਚ ਅਨ ਕੰਡੀਸ਼ਨਲ ਸ਼ਰਮਣੀ ਅਕਾਲੀ ਦਲ ਦੇ ਵਿੱਚ ਗਿਆ ਮੈਂਨੂੰ ਲੱਗਿਆ ਕਿ ਸ਼ਰਮਣੀ ਅਕਾਲੀ ਦਲ ਜਿਹੜੀ 2022 ਦੇ ਵਿੱਚ ਸਰਕਾਰ ਬਣਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਹੈ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਸਕਦੀ ਹੈ ਪੰਜਾਬ ਦੇ ਵਪਾਰੀਆਂ ਦੀ ਗੱਲ ਕਰ ਸਕਦੀ ਹੈ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਕਰ ਸਕਦੀ ਹੈ ਇਸ ਕਰਕੇ ਜਦੋਂ ਮੈਨੂੰ ਲੱਗਿਆ ਸਾਨੂੰ ਸਾਰੇ ਗਰੁੱਪ ਨੂੰ ਜਿੰਨੇ ਅਸੀਂ ਗਏ ਆ ਵੀ ਅੱਜ ਪੰਜਾਬ ਦੀ ਰਾਖੀ ਕੌਣ ਕਰ ਸਕਦਾ ਸਾਨੂੰ ਆਮ ਆਦਮੀ ਪਾਰਟੀ ਦੇ ਵੀ ਸਨੇਹ ਹੁੰਦੇ ਸੀ ਅਸੀਂ ਨਹੀਂ ਗਏ ਕਿਉਂਕਿ ਸਾਨੂੰ ਪਤਾ ਵੀ ਆਮ ਆਦਮੀ ਪੰਜਾਬ ਦਾ ਕਦੇ ਰਾਖੀ ਨਹੀਂ ਕਰ ਸਕਦੀ ਜਿਨ੍ਹਾਂ ਲੋਕਾਂ ਨੇ ਆਮ ਆਦਮੀ ਨੂੰ ਖੜਾ ਕੀਤਾ ਸੀ ਅੱਜ ਸਾਰੇ ਛੱਡ ਕੇ ਵਾਪਸ ਚਲੇ ਗਏ ਤੇ ਅਸੀਂ ਤਾਂ ਆਪ ਦਾ ਬਹੁਤ ਲੰਬਾ ਅਰਸਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਲਾਇਆ ਅਸੀਂ ਇਸ ਕਰਕੇ ਛੱਡਿਆ ਵੀ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਹੈ ਪੰਜਾਬੀਆਂ ਦੀ ਕਰਨੀ ਹੈ ਪੰਜਾਬ ਦੇ ਨੌਜਵਾਨਾਂ ਦੀ ਕਰਨੀ ਹੈ ਪੰਜਾਬ ਦੇ ਵਪਾਰੀਆਂ ਦੀ ਰਾਖੀ ਕਰਨੀ ਹੈ ਪੰਜਾਬ ਦੀ ਇੰਡਸਟਰੀ ਦੀ ਰਾਖੀ ਕਰਨੀ ਹੈ ਪੰਜਾਬ ਦੇ ਮੁਲਾਜ਼ਮਾਂ ਦੀ ਰਾਖੀ ਕਰਨੀ ਹੈ ਪੰਜਾਬ ਦੇ ਕਿਸਾਨਾਂ ਦੀ ਰਾਖੀ ਕਰਨੀ ਹੈ ਇਸ ਕਰਕੇ ਛੱਡਿਆ ਭਾਰਤੀ ਜਨਤਾ ਜਰੂਰ ਐਡਿਸ਼ਨਸ ਪਾਸ ਹੋਏ ਸੀਗੇ ਸ਼੍ਰੋਮਣੀ ਕਾਲੀਦਾਲ ਦਾ ਭਾਜਪੀ ਨਾਲ ਐਲਾਈਅੰਸ ਸੀਗਾ ਬਿੱਬਾ ਹਰਸ਼ੀਮਰ ਕੋਰ ਬਾਦਲ ਜਦੋਂ ਦੇਖਦੀ ਹੈ ਵਿਰੋਧ ਹੁੰਦਾ ਉਸ ਤੋਂ ਬਾਅਦ ਵਜਰੀ ਤੋਂ ਅਸਤੀਫਾ ਦੇ ਦਿੰਦੇ ਨੇ ਫਿਰ ਬਿੱਬਾ ਨੇ ਉਸ ਸਮੇਂ ਜੂਨ ਦੇ ਵਿੱਚ ਕਿਉਂ ਨਹੀਂ ਇਹਦਾ ਸ਼ੁਰੂ ਕਰ ਦਿੱਤਾ ਕਿ ਜਦੋਂ ਆੜੀਨਾ ਜਦੋਂ ਆਉਂਦੇ ਨੇ ਪ੍ਰੋਟੈਸਟ ਉਹਦੋਂ ਕਰਦੇ ਕਿ ਵਜੀਰੀ ਇਸ ਕਰਕੇ ਛੋੜੀ ਗਈ ਹੈ ਕਿ ਆਪਣਾ ਵਜੂਦ ਪੰਜਾਬ ਦੇ ਵਿੱਚ ਅਲੱਗ ਕਾਇਮ ਕਰੀਏ ਕਿ ਬੀ ਪਾਰਟੀ ਹੀ ਸ਼੍ਰੋਮ ਨਿਕਲ ਦੇ ਬੀ ਜੀ ਪੀ ਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਕਾਨੂੰਨ ਆਏ ਸੀ ਜਦੋਂ ਕੋਈ ਵੀ ਪਾਰਟੀ ਅਲਾਈਂਸ ਦੇ ਵਿੱਚ ਹੁੰਦੀ ਹੈ ਉਹਨੂੰ ਅਲਾਈਂਸ ਦਾ ਧਰਮ ਨਿਭਾਉਣਾ ਪੈਂਦਾ ਹੈ ਠੀਕ ਹੈ ਦੂਜੀ ਗੱਲ ਜਦੋਂ ਕਾਨੂੰਨ ਆਏ ਸੀ ਇਹਨਾਂ ਨੇ ਜਦੋਂ ਸ਼ਰਮਣੀ ਅਕਾਲੀ ਦਲ ਦੀ ਆਪਣੇ ਖੇਤੀਬਾੜੀ ਮੰਤਰੀ ਸਾਡੇ ਤੋਮਰ ਸਾਹਿਬ ਨਾਲ ਗੱਲ ਹੋਈ। ਇਹੀ ਗੱਲ ਹੋਈ ਸੀ ਵੀ ਆਪਾਂ ਐਮਐਸਪੀ ਕਾਨੂੰਨਾਂ ਦੇ ਵਿੱਚ ਲਿਖਾਂਗੇ। ਜਦੋਂ ਬੰਦਾ ਕੋ ਅਲਾਈਅੰਸ ਹੁੰਦਾ ਨਾ ਉਹ ਅਲਾਈਅੰਸ ਦਾ ਧਰਮ ਨਿਭਾਉਂਦਾ ਹੈ। ਠੀਕ ਹੈ। ਹੁਣ ਇੱਕ ਅੱਜ ਤੁਸੀਂ ਮੈਂ ਆਪਾਂ ਦੋ ਕੋਈ ਸਾਂਝਾ ਕੰਮ ਕਰ ਰਹੇ ਹਾਂ। ਤੇ ਜੇ ਤੁਸੀਂ ਮੈਨੂੰ ਕਹੋਗੇ ਹਾਂ ਕੰਮ ਹੋ ਗਿਆ ਤਾਂ ਮੈਨੂੰ ਵਿਸ਼ਵਾਸ ਕਰਨਾ ਪਊਗਾ। ਜੇ ਨਹੀਂ ਹੋਊਗਾ ਤਾਂ ਫਿਰ ਮੈਂ ਰੋਣਾ ਤਾਂ ਹੀ ਪਊਗਾ ਕੋਰਟ ਕੇ ਜਾ ਕੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਕਿ ਜਦੋਂ ਬਿੱਲ ਬਣ ਕੇ ਆ ਗਏ ਉਹਨਾਂ ਨੇ ਕਿਹਾ ਜੀ ਐਮਐਸਪੀ ਉਹ ਕਹਿੰਦੇ ਜੀ ਲਿਖ ਦਿਆਂਗੇ ਤੁਹਾਨੂੰ ਯਾਦ ਹੋਣਾ ਜਦੋਂ ਐਜੀਟੇਸ਼ਨ ਸਟਾਰਟ ਹੋਈ ਸੀ ਪੰਜਾਬ ਦੇ ਵਿੱਚ ਉਦੋਂ ਕਿਸਾਨ ਭਰਾ ਇੱਕੋ ਗੱਲ ਕਹਿੰਦੇ ਸੀ ਵੀ ਇਹਦੇ 'ਚ ਇੱਕ ਐਮਐਸਪੀ ਲਿਖ ਦਿਓ ਤੇ ਇੱਕ ਕਾਨੂੰਨੀ ਅਧਿਕਾਰ ਸਾਨੂੰ ਕੋਰਟ ਜਾਣ ਦਾ ਦੇ ਦਿਓ ਠੀਕ ਹੈ ਮੈਨੂੰ ਇੱਕ ਗੱਲ ਦੱਸੋ ਐਡੀ ਕਿੱਡੀ ਗੱਲ ਸੀ ਵੀ ਅੱਜ ਆਪਾਂ ਕਹਿੰਦੇ ਆ ਜੀ ਜੋ ਲਿਖਾਉਣਾ ਲਿਖਾ ਲਓ ਜੋ ਮੰਡ ਕਰਾਉਣਾ ਕਰਾ ਲਓ ਤੇ ਆਪਾਂ ਜੇ ਉਦੋਂ ਦੋ ਲਾਈਨਾਂ ਲਿਖ ਦਿੰਦੇ ਅੱਜ ਜਿਹੜਾ 650 ਬੰਦਾ ਇਸ ਮੂਵਮੈਂਟ ਦੇ ਵਿੱਚ ਆਪਣੀਆਂ ਜਾਨਾਂ ਗਵਾ ਬੈਠਿਆ ਲੱਖਾਂ ਕਰੋੜਾਂ ਅਰਬਾਂ ਰੁਪਈਆਂ ਦਾ ਜਿਹੜਾ ਲੋਕਾਂ ਦਾ ਨੁਕਸਾਨ ਹੋ ਗਿਆ ਵਪਾਰੀਆਂ ਦਾ ਹੋ ਗਿਆ ਜਿਨ੍ਹਾਂ ਦਾ ਮਾਲ ਆਉਣ ਜਾਣ ਤੋਂ ਰੁਕਿਆ ਰਿਹਾ ਪੋਰਟਾਂ ਦੇ ਉੱਤੇ ਜਦੋਂ ਰੇਲਵੇ ਬੰਦ ਰਹੀ ਔਰ ਜਿਹੜਾ ਬਾਹਰੋਂ ਵਪਾਰੀ ਸਾਡੇ ਪੰਜਾਬ ਦੇ ਲੁਧਿਆਣਾ ਹੌਜਰੀ ਦਾ ਸ਼ਹਿਰ ਹੈ ਜਿਹੜੇ ਲੋਕਾਂ ਨੇ ਆਉਣਾ ਸੀ ਰੇਲਾਂ ਬੰਦ ਹੋਣ ਕਰਕੇ ਨਹੀਂ ਆ ਸਕੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਕਰਕੇ ਲੋਕ ਬਾਹਰਲੇ ਸੂਬਿਆਂ ਦੇ ਨਹੀਂ ਆ ਸਕੇ ਤੇ ਅੱਜ ਉਹ ਨੁਕਸਾਨ ਦੀ ਜ਼ਿੰਮੇਵਾਰੀ ਕਿਹਦੀ ਹੈ ਉਹਨਾਂ ਲੋਕਾਂ ਦੀ ਹੈ ਜ਼ਿੰਮੇਵਾਰੀ ਜਿਨ੍ਹਾਂ ਨੇ ਦੋ ਲੈਣਾ ਨਹੀਂ ਲਿਆ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਨਹੀਂ ਹੈਗੀ ਹੁਣ ਤਾਂ ਤੁਸੀਂ ਪਾਰਟੀ ਛੱਡ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਗੱਲਬਾਤ ਤਾਂ ਕਰੋਗੇ ਲੇਕਿਨ ਭਾਜਪਾ ਤੇ ਜਦੋਂ ਸੀਗੇ ਤੁਸੀਂ ਚਿੱਟਰੀ ਸਾਹਿਬ ਤੇ ਉਦੋਂ ਹੀ ਵਿਰੋਧ ਕਰਨਾ ਸ਼ੁਰੂ ਕਿਉਂ ਨਹੀਂ ਕੀਤਾ ਜਦੋਂ ਦੋ ਸਮਾਂ ਦੋ ਮਹੀਨੇ ਜਦੋਂ ਕਿਸਾਨ ਉੱਥੇ ਬੈਠੇ ਸੀਗੇ ਉਸ ਤੋਂ ਬਾਅਦ ਚਿੱਟਰੀ ਸਾਹਿਬ ਭਾਜਪਾ ਦਾ ਕੋਈ ਵੀ ਲੀਡਰ ਜਿਹੜਾ ਇਹਦੇ ਵਿੱਚ ਨਹੀਂ ਦੇ ਰਿਹਾ ਸੀ ਇਕੱਲਾ ਜੋਸ਼ੀ ਸਾਹਿਬ ਦੀ ਗੱਲ ਕੀਤੀ ਜਾਊਗੀ ਉਹੀ ਇਕੱਲੇ ਬਿਆਨਬਾਜ਼ੀ ਦੇ ਰਹੇ ਸੀਗੇ ਜੋਸ਼ੀ ਸਾਹਿਬ ਤਾਂ ਦੋ ਮਹੀਨੇ ਪਹਿਲਾਂ ਬੁਰਲੇ ਲੱਗੇ ਨਾ ਮੇਰੇ ਤੁਸੀਂ ਉੱਤੇ ਵੀਡੀਓ ਚੱਕ ਕੇ ਦੇਖੋ ਮੈਂ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਉਸ ਦਿਨ ਦੀ ਗੱਲ ਕਰਦਾ ਜਦੋਂ ਕਿਸਾਨ ਰੇਲਵੇ ਟ੍ਰੇਨਾਂ ਦੇ ਲਾਈਨਾਂ ਦੇ ਉੱਤੇ ਬੈਠੇ ਸੀ ਅੱਜ ਵੀ ਮੌਜੂਦ ਹੈ ਮੈਂ ਹੁਣ ਤਾਜ਼ੀਆਂ ਤਾਂ ਪਾਈਆਂ ਨਹੀਂ ਫੇਸਬੁੱਕ ਦੇ ਉੱਤੇ ਟਾਈਮ ਵੀ ਆ ਜਾਂਦਾ ਡੇਟ ਵੀ ਆ ਜਾਂਦੀ ਹੈ ਸਨ ਵੀ ਆ ਜਾਂਦਾ ਤੁਸੀਂ ਮੇਰੀ ਫੇਸਬੁੱਕ ਦਾ ਪੇਜ ਖੋਲ੍ਹ ਲਓ ਕਮਲ ਚੈਟਲੀ ਪੇਜ ਹੈ ਉੱਤੇ ਜਿੰਨੀਆਂ ਵੀਡੀਓ ਪਈਆਂ ਹੋਈਆਂ ਨੇ ਤੁਸੀਂ ਇਕੱਲੀ-ਇਕੱਲੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਮੈਂ ਕਿਹਾ ਹੋਇਆ ਵੀ ਕਿਸਾਨਾਂ ਦਾ ਹੱਲ ਕਰਨਾ ਚਾਹੀਦਾ ਜਲਦੀ ਕਰਨਾ ਚਾਹੀਦਾ ਵੀ ਸਾਡਾ ਕਿਸਾਨ ਦੇਸ਼ ਦਾ ਅन्नदाता ਇਹਨਾਂ ਨੂੰ ਇਹ ਰੇਲਵੇ ਲਾਈਨਾਂ ਤੇ ਬੈਠਣ ਤੇ ਇਤੋਂ ਮਾੜੀ ਸੜਕ ਲਈ ਕੋਈ ਗੱਲ ਨਹੀਂ ਹੋ ਸਕਦੀ ਇਹ ਮੈਂ ਅੱਜ ਨਹੀਂ ਕਹਿ ਰਿਹਾ ਗੱਲ ਇਹ ਜਿੱਦਨ ਐਜੀਟੇਸ਼ਨ ਸਟਾਰਟ ਹੋਈ ਉਹਦੋਂ ਦੀ ਹੈ ਜੇ ਕਹੋਂ ਕਿ ਮੈਂ ਤੁਹਾਨੂੰ ਸਾਰੀਆਂ ਵੀਡੀਓ ਸੈਂਡ ਵੀ ਕਰ ਦਿੱਤੀ। ਲੇਕਿਨ ਤੁਸੀਂ ਉਸ ਸਮੇਂ ਇੱਕ ਆਪਣੀ ਪੂਰੀ ਟੀਮ ਪੰਜਾਬ ਪ੍ਰਧਾਨ ਦੇ ਨਾਲ ਮਿਲ ਕੇ ਗੱਲਬਾਤ ਕਿਉਂ ਨਹੀਂ ਕੀਤੀ ਜਿੰਨੇ ਵੀ ਤੁਹਾਡੇ ਮੌਜੂਦਾ ਜਿਹੜੇ ਕਾਰਜਕਰਤਾ ਹੈਗੇ ਨੇ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਫਿਰ ਬੀਜੇਪੀ ਨੂੰ ਇੱਕ ਫਰਮਾਨ ਦੇ ਦਿੰਦੇ ਕਿ ਅਗਰ ਤੁਸੀਂ ਸੈਂਟਰ ਸਰਕਾਰ ਨੂੰ ਫਰਮਾਨ ਦੇ ਸਕਦੇ ਸੀ ਬੀਜੇਪੀ ਤੁਹਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਕਿ ਬੀਜੇਪੀ ਸਾਰੀ ਅਸਤੀਫਾ ਦੇਗੀ ਪਾਰਟੀ ਦੇ ਵਿੱਚੋਂ ਬੀਜੇਪੀ ਦੀ ਅਗਰ ਤੱਕ ਕਿਸਾਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਤਤ ਕੀ ਜਿਹੜਾ ਅਸੀਂ ਪਾਰਟੀ ਛੱਡਣ ਦਾ ਫੈਸਲਾ ਲਿਆ ਬੜੇ ਸੌਖੇ ਮਨ ਨਾਲ ਲੈ ਲਿਆ ਹੋਊਗਾ ਤੁਹਾਨੂੰ ਲੱਗਦਾ ਹੈ ਵੀ ਇਹ ਫੈਸਲਾ 2-4 ਦਿਨਾਂ ਚ ਲਿੱਤਾ ਗਿਆ ਹੋਊਗਾ ਅਸੀਂ ਜਿੱਥੇ-ਜਿੱਥੇ ਪਾਰਟੀ 'ਚ ਗੱਲ ਕਰਨੀ ਸੀ ਕਰਦੇ ਰਹੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਅਸੀਂ ਹਮੇਸ਼ਾ ਪੰਜਾਬ ਪ੍ਰਧਾਨ ਨੂੰ ਕਹਿੰਦੇ ਸੀ ਵੀ 23 ਲੋਕ ਜਿਹੜੇ ਇਲੈਕਸ਼ਨ ਲੜੇ ਉਹ ਪਲਸ ਜਿਹੜੇ ਮੈਂਬਰ ਪਾਰਲੀਮੈਂਟ ਲੜੇ ਉਹ ਪਲਸ ਜਿਹੜੇ ਮੈਂਬਰ ਰਾਜ ਸਭਾ ਪਲਸ ਜਿਹੜੇ ਐਕਸ ਪ੍ਰਧਾਨ ਕੋਰ ਕਮੇਟੀ ਦੇ ਲੋਕ ਹੈ ਤੁਸੀਂ ਸਾਰਿਆਂ ਦੀ ਮੀਟਿੰਗ ਬੁਲਾਓ ਦਿੱਲੀ ਤੋਂ ਟਾਈਮ ਲਓ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਆ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਇਹ ਕੰਮ ਹੋ ਜਾਂਦਾ ਕਿਤੇ ਇਕੱਠੇ ਹੋ ਕੇ ਜਾਂਦੇ ਤਾਂ ਇਹ ਮੁੱਦਾ ਪੰਜਾਬ ਦਾ ਬਾਰਡਰ ਟੱਪਦਾ ਨਹੀਂ ਸੀ ਇੱਥੇ ਹੀ ਹੱਲ ਹੋ ਜਾਣਾ ਸੀ ਸੈਂਟਰ ਵਿਤਕਰਾ ਕਰ ਰਹੀ ਹੈ ਪੰਜਾਬ ਦੇ ਨਾਲ ਪੰਜਾਬ ਦੇ ਬੀਜੇਪੀ ਵਰਕਰਾਂ ਦੇ ਨਾਲ ਕੀ ਕੋਈ ਸਮਝ ਨਹੀਂ ਜਾਂਦਾ ਦੇਖੋ ਮੈਨੂੰ ਐ ਲੱਗਦਾ ਵੀ ਸੈਂਟਰ ਦਾ ਪੰਜਾਬ ਚ ਕੋ ਧਿਆਨ ਹੀ ਨਹੀਂ ਹੈ ਪਿਛਲੇ ਕਈ ਸਾਲਾਂ ਤੋਂ ਲੰਬੇ ਅਰਸੇ ਤੋਂ ਜੇ ਆਪਾਂ ਦੇਖੀਏ ਔਰ ਬੀਜੇਪੀ ਜਿੰਨਾ ਲੋਕਾਂ ਦੇ ਹੱਥ ਚ ਕਮਾਂਡ ਦੇ ਦਿੰਦੇ ਨੇ ਉਹਨਾਂ ਲੋਕਾਂ ਨੂੰ ਕਮਾਂਡ ਦੇ ਦਿੰਦੇ ਜਿਨ੍ਹਾਂ ਦੀ ਆਪ ਦੀ ਸ਼ਹਿਰ ਚ ਕੋਈ ਪਹਿਚਾਨ ਨਹੀਂ ਹੁੰਦੀ ਔਰ ਅੱਜ ਜੇ ਬੀਜੇਪੀ ਦਾ ਹਾਲ ਮਾੜਾ ਜੀ ਤੁਸੀਂ ਦੇਖੋ ਪਿੰਡਾਂ ਦੀ ਤਾਂ ਗੱਲ ਛੱਡੋ ਸ਼ਹਿਰਾਂ ਚ ਵੀ ਵਿਰੋਧ ਹੋਣ ਲੱਗ ਗਿਆ ਅੱਜ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਪਾਰੀ ਵੀ ਵਿਰੋਧ ਕਰਨ ਲੱਗੇ ਕਿਉਂਕਿ ਦੇਖੋ ਹਰ ਵਪਾਰ ਇੱਕ ਦੂਜੇ ਨਾਲ ਜੁੜਿਆ ਪਿਆ ਹੈ ਠੀਕ ਹੈ ਜੇ ਕੋਈ ਕਿਸਾਨ ਦੀ ਜੇਬ ਚ ਪੈਸਾ ਉਹ ਕਪੜਾ ਵੀ ਖਰੀਦੂ ਵਿਆਹ ਵੀ ਕਰੂਗਾ ਵਿਆਹ ਲਈ ਸ਼ਾਪਿੰਗ ਵੀ ਕਰੂਗਾ ਜਦੋਂ ਪੈਸੇ ਸਾਰੇ ਰਾਸ਼ਨ ਵੀ ਖਰੀਦੂਗਾ ਹਲਵਾਈਆਂ ਨੂੰ ਵੀ ਕੰਮ ਮਿਲੂਗਾ ਵੇਟਰਾਂ ਨੂੰ ਵੀ ਕੰਮ ਮਿਲੂਗਾ ਟੈਂਟ ਵਾਲਿਆਂ ਨੂੰ ਵੀ ਕੰਮ ਮਿਲੂਗਾ ਪੈਲਸ ਵਾਲਿਆਂ ਨੂੰ ਵੀ ਕੰਮ ਮਿਲੂਗਾ ਔਰ ਇਹ ਕਿੰਨੇ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਜੇ ਤੁਹਾਡੀ ਜੇਬ 'ਚ ਪੈਸੇ 100 ਰੁਪਇਆ ਹੈ ਤੁਸੀਂ 100 ਨਾਲ ਖਰਚਾ ਕਰੋਗੇ ਜੇ 1000 ਤਾਂ 1000 ਨਾਲ ਖਰਚਾ ਕਰੋਗੇ ਔਰ ਜਿੰਨਾ ਲੋਕ ਖਰਚਾ ਕਰਨਗੇ ਓਨੇ ਲੋਕ ਸਾਡੇ ਵਪਾਰ 'ਚ ਤਰੱਕੀ ਕਰਨਗੇ ਜੇ ਤਰੱਕੀ ਕਰਨਗੇ ਤੇ ਉਹਨੇ ਹੀ ਖੁਸ਼हाल ਰਾਂਗੇ ਸੀ ਸੁਖਵੀਰ ਬਾਦਲ ਤੇ ਮਜੀਠੀਆ ਇੱਕ ਐਸਾ ਬਿਆਨ ਕਿਉਂ ਨਹੀਂ ਦੇ ਰਿਹਾ ਕਿ 2022 ਦੀ ਚੋਣਾਂ ਦਾ ਬਾਰਿਸ਼ ਕੀਤਾ ਜਾਣਗੀਆਂ ਪਹਿਲੇ ਕਿਸਾਨਾਂ ਦਾ ਹੱਲ ਹੋਵੇਗਾ ਤੇ ਜਦ ਤੱਕ ਜਿੰਨੇ ਵਜੂਦ ਵਿੱਚ ਪਾਰਟੀ ਕਾਂਗਰਸ ਪਾਰਟੀ ਹੋਗੀ ਸ਼੍ਰੋਮਣੀ ਅਕਾਲੀ ਦਲ ਹੋਗੀ ਜਾਂ ਬਸਪਾ ਦੀ ਗੱਲ ਕਰਾਂ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਜਿਹੜਾ ਨਵਾਂ ਪੈਰ ਪਸਾਰਨ ਲੱਗੀ ਹੈ ਪੰਜਾਬ ਦੇ ਵਿੱਚ ਪਿਛਲੇ ੜੀ ਵਜੂਦ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਡਿੱਗ ਗਈ ਸੀ ਓਡੇ ਮੋਹੀ ਡੇਕ ਚੁੱਕੀ ਸੀ ਵਜੂਦ ਕਾਇਮ ਕਰਨ ਲੱਗੀ ਹੈ ਐਦਾਂ ਦਾ ਕਿਉਂ ਨਹੀਂ ਐ ਸਟੇਟਮੈਂਟ ਦਿੰਦੀਆਂ ਪਾਰਟੀਆਂ ਕਿ 2022 ਦੀ ਚੋਣਾਂ ਬਾਰਿਸ਼ ਉਦੋਂ ਮੋੜ ਹੀ ਇਲੈਕਸ਼ਨ ਕਿਤੇ ਜਾਣਗੇ ਜਦੋਂ ਕਿਸਾਨ ਜਿਹੜਾ ਵਾਪਸ ਆਪਣੇ ਘਰਾਂ ਨੂੰ ਪਰਤ ਜੇਗਾ ਤੁਸੀਂ ਕੀ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗੇ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਮੁੱਖ ਮੰਤਰੀ ਰਿਜ਼ਾਈਨ ਕਿਉਂ ਨਹੀਂ ਕਰ ਦਿੰਦਾ ਮੇਰੀ ਗੱਲ ਸੁਣ ਲਓ ਕਿ ਕਿਉਂ ਨਹੀਂ ਰਿਜ਼ਾਈਨ ਤੁਸੀਂ ਇੱਕ ਸਵਾਲ ਸਾਨੂੰ ਪੁੱਛਦੇ ਹੋ ਸਾਡਾ ਤਾਂ ਕੋਈ ਰਾਜ ਭਾਗ ਨਹੀਂ ਜਿਸ ਪਾਰਟੀ ਦਾ ਮੌਜੂਦਾ ਰਾਜ ਭਾਗ ਹੈ ਉਹ ਕਹਿੰਨ ਜੀ ਆਸ ਲੋ ਸਾਡਾ ਸਾਰੇ ਬੀਬੀ ਹਰਸਿਮਰਤ ਨੇ ਰਿਜ਼ਾਈਨ ਕੀਤਾ ਨਾ ਜੀ ਸੁਖਵੀਰ ਸਿੰਘ ਬਾਦਲ ਨੇ ਆਪਣਾ ਜਿਹੜਾ ਸਾਡਾ ਐਲਾਈਅੰਸ ਹੀ ਤੋੜਿਆ ਨਾ ਤੇ ਕਾਂਗਰਸ ਨੇ ਕੀ ਕੀਤਾ ਜਿੱਦਨ ਪਾਰਲੀਮੈਂਟ ਚ ਵਿਰੋਧ ਹੋਇਆ ਕਾਂਗਰਸ ਦਾ ਇੱਕ ਮੈਂਬਰ ਪਾਰਲੀਮੈਂਟ ਉੱਥੇ ਨਹੀਂ ਸੀ ਭਗਵੰਤ ਮਾਨ ਉੱਥੇ ਨਹੀਂ ਸੀਗਾ ਤੁਸੀਂ ਦੱਸੋ ਅਸੀਂ ਗਲਤ ਹੋਏ ਕੋ ਗਲਤ ਹੋਏ ਪ੍ਰਕਾਸ਼ਿਕ ਬਾਦਲ ਸੂਤਰ ਆ ਵੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਬਾਦਲ ਨੂੰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਅਲਾਈਅንስ ਨਾ ਤੋੜ ਹਜੇ ਅਲਾਈਅንስ ਨਾ ਤੋੜ ਕੋਈ ਨਾ ਕੋਈ ਪਿਛਲੀ ਗੱਲ ਜਿਹੜੀ ਨਿਕਲ ਜੂਗੀ ਇਹ ਗੱਲਾਂ ਚ ਫਿਰ ਕੀ ਬਾਹਰ ਆਈ ਸੂਤਰ ਜੋ ਪੱਕੇ ਸੂਤਰ ਸਾਡੇ ਵਿਸ਼ਵਾਸ ਪਾਤਰ ਸੂਤਰ ਨੇ ਇਹ ਗੱਲਾਂ ਕਹਿੰਦੇ ਨੇ ਮੇਰੇ ਕੋਲ ਤਾਂ ਕੋਈ ਇਹੋ ਜੀ ਇਨਫੋਰਮੇਸ਼ਨ ਹੈ ਨਹੀਂ ਕਿਉਂਕਿ ਪਾਰਟੀ ਤੁਸੀਂ ਉਹਨੇ ਜੁਆਇਨ ਕੀਤੀ ਨਹੀਂ ਨਹੀਂ ਜੁਆਇਨ ਕੀਤੀ ਪਰ ਮੇਰੇ ਤਲੁਕਤ ਤਾਂ ਪੁਰਾਣੇ ਸੀਗੇ ਮੇਰੇ ਕੋਲੇ ਇਹੋ ਜੇ ਕੋਈ ਸੂਤਰ ਹੈ ਨਹੀਂ ਨਾ ਮੈਨੂੰ ਐਸੀ ਕੋਈ ਇਨਫੋਰਮੇਸ਼ਨ ਹੈ ਨਾ ਮੈਨੂੰ ਉਮੀਦ ਹੈ ਵੀ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੁਖਵੀਰ ਜੀ ਨੂੰ ਕਹੀ ਹੋਊਗੀ ਇਹ ਕੋਈ ਬੜੀਆਂ ਬੜੀਆਂ ਗੱਲਾਂ ਦੇਖੋ ਜਦੋਂ ਚਾਰ ਬੰਦੇ ਬੈਂਦੇ ਆ ਕੋਈ ਕੁਛ ਕਿਆਫਾ ਲਾਉਂਦਾ ਕੋਈ ਕੁਛ ਲਾਉਂਦਾ ਇਹ ਉਹਨਾਂ ਦੀ ਆਪ ਦੀ ਨਿੱਜੀ ਰਹਿ ਹੋ ਸਕਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਹਿੰਦੇ ਆ ਉਹ ਕਰਦੇ ਆ ਆਪਣੀ ਜਵਾਨ ਦੇ ਪੱਕੇ ਨੇ ਤੁਸੀਂ 2007 ਤੋਂ ਲੈ ਕੇ 2017 ਤੱਕ ਦਾ ਮੈਨੀਫੈਸਟੋ ਚੱਕ ਲੋ ਉਦੋਂ ਵੀ ਜੋ ਕਿਹਾ 90% ਵਾਦੇ ਪੂਰੇ ਕੀਤੇ ਆ ਸਾਢੇ 4 ਸਾਲ ਦਾ ਕਾਂਗਰਸ ਦਾ ਮੈਨੀਫੈਸਟੋ ਚੱਕ ਲੋ ਦੇਖ ਲਓ ਕੀ ਕੀਤਾ ਇਹਨਾਂ ਨੇ ਲੇਕਿਨ ਵਿਕਰਮ ਸਿੱਧੂ ਨੂੰ ਤਾਂ ਸੀਟ ਮਿਲਦੀ ਵਿਕਰਮ ਸਿੱਧੂ ਨੂੰ ਉੱਥੇ ਉਦੇਦਾਰੀ ਦਿੱਤੀ ਜਾਂਦੀ ਬੀਜੇਪੀ ਚ ਤੇ ਉਸ ਤੋਂ ਬਾਅਦ ਵੀ ਕਿਹਾ ਜਾਂਦਾ ਕਿ ਚੇਤਲੀ ਸਾਹਿਬ ਉਸ ਤੋਂ ਵੀ ਨਾਰਾਜ਼ ਹੁੰਦੇ ਨੇ ਵਿਕਰਮ ਸਿੱਧੂ ਨਵਾਂ ਚਿਹਰਾ ਹੈ ਤੇ ਵਿਕਰਮ ਸਿੱਧੂ ਨੂੰ ਅੱਥੇ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਆਪਣੇ ਜੋਰਜ ਮੈਕ ਸ਼ੁਰੂ ਕਰ ਦੋ ਕਮਲ ਚੇਟਲੀ ਨਾਲ ਆਖਿਰ ਅੰਨਾ ਦੁਰਵਿਵਹਾਰ ਬੀਜੇਪੀ ਪਾਰਟੀ ਕਿਉਂ ਕਰਦੀ ਹੈ ਕਮਲ ਚੇਟਲੀ ਦੇ ਫਾਦਰ ਸਾਹਿਬ ਨੇ ਵੀ ਅੰਨਾ ਕ ਬੀਜੇਪੀ ਨਾਲ ਕਰ ਲਿਆ ਕਮਲ ਚੇਟਲੀ ਨੇ ਪੂਰੀ ਜ਼ਿੰਦਗੀ ਆਪਣੀ ਗਾਲ ਦਿੱਤੀ ਇਸ ਸਮੇਂ ਵੀ ਜ਼ਿੰਦਗੀ ਤੁਹਾਡੀ ਹਜੇ ਬਹੁਤ ਪਈ ਹੈ ਲੇਕਿਨ ਤੁਸੀਂ ਕਿੰਨੀ ਕ ਜ਼ਿੰਦਗੀ ਜਿਹੜੀ ਦਾੜੀ ਚਿੱਟੀ ਤੱਕ ਕਰ ਲਈ ਹੈ ਬੀਜੇਪੀ ਨੂੰ ਦੇ ਦਿੱਤੀ ਸਾਰੀ ਲੇਕਿਨ ਬੀਜੇਪੀ ਨੇ ਨਵਾਂ ਕੈਂਡੀਡੇਟ ਉਤਾਰਨ ਤੋਂ ਪਹਿਲੇ ਕਮਲ ਜੀ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਪਹਿਲੀ ਗੱਲ ਤੁਸੀਂ ਕਿਹਾ ਵੀ ਕਮਲ ਚੇਟਲੀ ਨੇ ਦੁਰਵਿਵ ਜਿੱਦਨ ਅਸੀਂ ਜਾਣਾ ਸੀ ਸਾਰੇ ਪੰਜਾਬ ਚੋਂ ਕੱਲਾ ਕਮਲ ਚੈਟਲੀ ਐਸਾ ਸੀ ਜਿਹਦੇ ਘਰੇ ਸਾਰੀ ਬੀਜੇਪੀ ਆ ਕੇ ਬੈਠੀ ਵੀ ਤੂੰ ਨਾ ਜਾ ਜੇ ਮੇਰੇ ਨਾਲ ਦੁਰਭਵਾਰ ਕਰਦੀ ਹੁੰਦੀ ਜੇ ਮੈਨੂੰ ਮਾੜਾ ਸਮਝਦੇ ਹੁੰਦੇ ਮੇਰੇ ਘਰੇ ਆ ਕੇ ਮੈਨੂੰ ਮਨਾਉਂਦੇ ਕਿਉਂ ਪਹਿਲੀ ਗੱਲ ਸਾਰੇ ਗਰੁੱਪ ਚੋਂ ਕੱਲਾ ਮੈਂ ਸੀ ਜਿਹਦੇ ਘਰੇ ਆ ਕੇ ਪ੍ਰਧਾਨ ਜੀ ਨੇ ਆ ਕੇ ਕਿਹਾ ਵੀ ਤੂੰ ਨਾ ਜਾ ਤੇਰੀ ਟਿਕਟ ਵੀ ਪੱਕੀ ਤੇ ਤੇਰਾ ਬੇਡੇ ਨੂੰ ਪੰਜਾਬ ਦੀ ਯੁਵਾਦੀ ਟੀਮ ਚ ਵੀ ਪਾ ਦਿੰਨਾ ਹੁਣ ਦੂਜੀ ਗੱਲ ਤੁਸੀਂ ਦੂਜਾ ਸਵਾਲ ਕੀਤਾ ਵੀ ਵਿਕਰਮ ਸਿੱਧੂ ਦਾ ਉਹ ਮੇਰਾ ਛੋਟਾ ਭਈਆ ਹੈ ਮੇਰਾ ਅੱਛਾ ਦੋਸਤ ਹੈ ਔਰ ਉਹਨੂੰ ਟਿਕਟ ਮਿਲੇ ਮੈਨੂੰ ਖੁਸ਼ੀ ਆ ਹੁਣ ਵੀ ਮਿਲੇ ਹੁਣ ਤਾਂ ਮੈਂ ਬੀਜੇਪੀ ਚ ਨਹੀਂ ਨਾ ਮੈਂ ਕਹਿੰਦਾ ਵਿਕਰਮ ਸਿੱਧੂ ਨੂੰ ਟਿਕਟ ਮਿਲ ਜੇ ਮੈਨੂੰ ਬਹੁਤ ਖੁਸ਼ੀ ਆ ਲੇਕਿਨ ਚਾਰੇ ਤਾਂ ਨਿਰਾਸ਼ਾ ਹੈਗੀ ਹੈ ਕਿ ਇੰਨਾ ਸਮਾਂ ਪਾਰਟੀ ਨੂੰ ਦੇਣ ਤੋਂ ਬਾਅਦ ਵੀ ਦੇਖੋ ਪੰਡਾਰੀ ਸਾਹਿਬ ਨੇ 2012 ਚ ਲਿਆ ਸੀ ਉਹਨਾਂ ਦੀ ਟਿਕਟ ਕੱਟ ਕੇ ਮੈਨੂੰ ਮਿਲੀ ਨਾ ਜੀ ਬਿਲਕੁਲ ਕੋਈ ਵੀ ਰਾਜਨੀਤਿਕ ਪਾਰਟੀ ਹੈ ਉਹਦੀ ਕਿਸੇ ਦੀ ਵੀ ਟਿਕਟ ਕੱਟੀ ਜਾ ਸਕਦੀ ਹੈ ਕਿਸੇ ਨੂੰ ਵੀ ਮਿਲ ਸਕਦੀ ਹੈ ਅੱਜ ਮੈਂ ਕੋਈ ਇਧਰ ਟਿਕਟ ਦੇ ਲਾਲਚ ਨੂੰ ਤਾਂ ਨਹੀਂ ਆਇਆ ਸ਼੍ਰੋਮਣੀ ਕਾਲੀ ਦਲ ਚ ਇਧਰ ਕਿਹੜਾ ਮੇਰੀ ਕੋ ਟਿਕਟ ਉਹਨਾਂ ਨੇ ਕਹਤਾ ਜੇ ਮੇਰੀ ਟਿਕਟ ਦੀ ਕਮਿਟਮੈਂਟ ਹੁੰਦੀ ਤਾਂ ਮੈਂ 20 ਅਗਸਤ ਨੂੰ ਅਨਾਉਂਸਮੈਂਟ ਕਰਾਉਂਦਾ ਸਟੇਜ ਤੋਂ ਜਦੋਂ ਨਾਲ ਜੁਸ਼ੀ ਉਹਨਾਂ ਦੀ ਅਨਾਉਂਸਮੈਂਟ ਹੋਈ ਹੈ ਬਟ ਸੁਣੋ ਮੇਰੀ ਗੱਲ ਕਿਉਂ ਨਹੀਂ ਮੇਰੀ ਕੋਈ ਟਿਕਟ ਦੀ ਕਮਿਟਮੈਂਟ ਨਹੀਂ ਕੋਈ ਮੈਂ ਟਿਕਟ ਖਾਤਰ ਨਹੀਂ ਆਇਆ ਕੋਈ ਮੈਂ ਉਹਦੇ ਖਾਤਰ ਨਹੀਂ ਆਇਆ 나 ਮੈਨੂੰ ਜ਼ਰੂਰਤ ਹੈ ਬਿਕਰਮ ਸਿੱਧੂ ਨੂੰ ਮਿਲੇ ਕਿ ਕਿਸੇ ਹੋਰ ਨੂੰ ਮਿਲੇ ਤਾਂ ਸਾਰੇ ਬੀਜੇਪੀ ਨੇ ਕਿਸੇ ਨਾ ਕਿਸ ਨੂੰ 117 ਸੀਟਾਂ ਦੇਣੀਆਂ ਬ੍ਰਦਰ ਮੇਰੀ ਗੱਲ ਸੁਣ ਲੋ ਮੈਨੂੰ ਕਦੀ ਨਿਰਾਸ਼ਾ ਮੈਨੂੰ ਨਿਰਾਸ਼ਾ ਤਾਂ ਹੁੰਦੀ ਜੇ ਮੈਨੂੰ ਅਸ਼ਵਨੀ ਜੀ ਘਰੇ ਆ ਕੇ ਜਦੋਂ ਕਹਿੰਦੇ ਸੀ ਵੀ ਟਿਕਟ ਤੇਰੀ ਪੱਕੀ ਔਰ ਅਗਲੀ ਗੱਲ ਤੁਹਾਨੂੰ ਦੱਸਦੇ ਆ ਅੱਜ ਤੁਹਾਨੂੰ ਲੱਗਦਾ ਵੀ ਬਿਕਰਮ ਸਿੱਧੂ ਦੀ ਟਿਕਟ ਪੱਕੀ ਹੈ ਬਹੁਤ ਵੱਡਾ ਭੁਲੇਖਾ ਹੈ ਕਿਸੇ ਦੀ ਵੀ ਟਿਕਟ ਪੱਕੀ ਨਹੀਂ ਹੋ ਸਕਦਾ ਅਸ਼ਵਨੀ ਸ਼ਰਮੇ ਨੂੰ ਵੀ ਟਿਕਟ ਨਾ ਮਿਲੇ ਹੋਰ ਦੱਸੋ ਗੱਲ ਇਹ ਬੀਜੇਪੀ ਆ ਬੀਜੇਪੀ ਚ ਕੁਝ ਵੀ ਹੋ ਸਕਦਾ ਹੈ ਟਿਕਟ ਟੁਕੜ ਕਿਸੇ ਦੀ ਪੱਕੀ ਨਹੀਂ ਇਹ ਵੀ ਤੁਸੀਂ ਕਿੰਨਾਂ ਵੀ 117 ਚੋਂ ਕੱਲੀ ਐਕ ਅਨਾਉਂਸ ਕਰਤੇ 116 ਪੈਂਡਿੰਗ ਹੈ ਬਿਲਕੁਲ ਨਹੀਂ ਇਸ ਤਰ੍ਹਾਂ ਹੁੰਦਾ ਕਿਸੇ ਵੀ ਪਾਰਟੀ ਚ ਨਹੀਂ ਹੁੰਦਾ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਲੇਕਿਨ 200 ਗੱਡੀਆਂ ਦਾ ਕਾਫਲਾ ਲੈ ਕੇ ਜਾਣਾ ਚਿਟਰੀ ਸਾਹਿਬ ਜਦੋਂ ਸੁਖਵੀਰ ਬਾਦਲ ਨੂੰ ਮਿਲਣਾ ਆਪਾਂ ਚੰਡੀਗੜ੍ਹ 200 ਗੱਡੀਆਂ ਦਾ ਕਾਫਲਾ ਲੈ ਕੇ ਜਾਣ ਦੀ ਜ਼ਰੂਰਤ ਕੀ ਪੈ ਗਈ ਸੀਗੀ ਕਿ ਇਕੱਲੇ ਵੀ ਜਾ ਸਕਦੇ ਸੀਗੇ ਪਾਰਟੀ ਜਵਾਨ ਕਰਨੀ ਸੀਗੀ ਇੱਕ ਜ਼ੋਰ ਜਿਹਾ ਮੈਸਜ ਦਿਖਾਣ ਦੀ ਜ਼ਰੂਰਤ ਕੀ ਪੈ ਗਈ ਸੀ ਕਿ ਮੇਰੇ ਪਿੱਛੇ ਇੰਨੀ ਪਬਲਿਕ ਹੈ ਬਾਦਲ ਸਾਹਿਬ ਤੇ ਮੈਂ ਹੁਣ ਅਕਾਲੀ ਦਲ ਵਿੱਚ ਆ ਗਿਆ ਇੰਨਾ ਸਮਰਥਨ ਤੁਹਾਨੂੰ ਦੇ ਰਿਹਾ ਐਦਾਂ ਦੀ ਕੋਈ 200 ਨਹੀਂ 250 ਗੱਡੀ ਸੀ ਚਲੋ ਹੋਰ ਸੁਣੋ ਸੁਣੋ ਮੈਂ ਹਜੇ ਤਾਂ 250 ਗੱਡੀ ਮੈਂ ਛੱਡ ਗਿਆ ਜਿਨ੍ਹਾਂ ਨੂੰ ਰੋਕਿਆ ਵੀ ਨਹੀਂ ਜਾਣਾ ਮੈਨੂੰ ਲੋਕ ਪਿਆਰ ਹੀ ਇੰਨਾ ਕਰਦੇ ਆ ਜੀ ਮੇਰੇ ਮੇਰੇ ਨਾਲ ਲੋਕਾਂ ਦੇ ਪਰਿਵਾਰਕ ਰਿਲੇਸ਼ਨ ਨੇ ਮੈਂ ਸੁਣੋ 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 ਮੈਂ ਹਰ ਇੱਕ ਦੁੱਖ ਸੁੱਖ ਦੇ ਵਿੱਚ ਲੋਗਾਂ ਨਾਲ ਖੜਦਾ ਹਾਂ 24 ਘੰਟੇ ਮੇਰਾ ਮੋਬਾਈਲ ਖੁੱਲਾ ਹੁੰਦਾ ਠੀਕ ਹੈ ਇਸ ਕਰਕੇ ਜੇ ਮੈਨੂੰ ਕਿਸੇ ਨੂੰ ਮੇਰੀ ਲੋੜ ਪੈਂਦੀ ਹੈ ਨਾ ਮੈਂ ਤੁਸੀਂ ਵੀ ਕਦੇ ਰਾਤ ਨੂੰ ਮਿਸਡ ਕਾਲ ਮਾਰ ਕੇ ਦੇਖ ਲਓ ਮੈਂ 1 ਮਿੰਟ ਵਿੱਚ ਤੁਹਾਨੂੰ ਕਾਲ ਬੈਕ ਕਰ ਲੂੰਗਾ ਇਸ ਤਰ੍ਹਾਂ ਕੁਝ ਨਹੀਂ ਹੈ ਨਾ ਉੱਤੇ ਪਾਵਰ ਦਿਖਾਉਣ ਦੀ ਲੋੜ ਸੀ ਨਾ ਕੋ ਦੇਖਣ ਦੀ ਲੋੜ ਸੀ ਨਾ ਮੈਂ ਇਸ ਕੰਮ ਲਈ ਇੱਥੋਂ 250 ਕਾਰ ਲੈ ਕੇ ਗਿਆ ਇਹੋ ਜਿਹਾ ਕੁਝ ਨਹੀਂ ਹੈਗਾ ਤੇ ਸਖਵੀਰ ਜੀ ਨੂੰ ਮੇਰੇ ਬਾਰੇ ਵੀ ਸਾਰਾ ਕੁਝ ਪਤਾ ਹੈ ਵੀ ਮੈਂ ਕੀ ਚੀਜ਼ ਹੈ ਮੇਰੇ ਨਾਲ ਕੌਣ-ਕੌਣਾ ਹੈ ਉਹਨਾਂ ਨੂੰ ਵੀ ਪਤਾ ਜੋ ਐਡੀ ਵੱਡੀ ਪਾਰਟੀ ਦੇ ਪ੍ਰਧਾਨ ਨੇ ਉਹ ਤੁਸੀਂ ਉਹਨਾਂ ਨੂੰ ਕੀ ਸਮਝਦੋ ਵੀ ਕੋਈ ਮਤਲਬ ਉਹਨਾਂ ਨੂੰ ਕਿਸੇ ਬਾਰੇ ਕੁਝ ਪਤਾ ਨਹੀਂ ਹੈ ਮੈਂ ਮੈਰੀ ਇਹ ਜੀ ਕੋਈ ਮਨਸ਼ਾ ਨਹੀਂ ਸੀਗੀ ਬਟ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਫਿਰ ਮੈਂ ਬਹੁਤ ਲੋਕ ਨਾਰਾਜ਼ ਕੀਤੇ ਉਹ ਕਹਿੰਦੇ ਸਾਨੂੰ ਤੂੰ ਲੈ ਕੇ ਨਹੀਂ ਗਿਆ ਮੈਂ ਕਿਹਾ ਵੀ ਉੱਥੇ ਕੱਠ ਵਾਲੀ ਕੋਈ ਗੱਲ ਹੀ ਨਹੀਂ ਸੀ ਅਸੀਂ ਤਾਂ ਸੋਚਿਆ ਸੀ ਪੰਜ ਸੱਤ ਕਾਰਾਂ 'ਚ ਜਾਵਾਂਗੇ 10-20 ਬੰਦੇ 'ਚ ਕਦੋਂ ਕੋਈ ਵੀ ਵਿਅਕਤੀ ਕੋਈ ਪਾਰਟੀ ਜੁਆਇਨ ਕਰਦਾ ਹੈ ਉਦੇ ਸਮਰਥਕ ਨਾਲ ਜਾਂਦੇ ਨੇ ਦੋਸਤ ਮਿੱਤਰ ਨਾਲ ਜਾਂਦੇ ਆ ਤੇ ਮੈਂ ਤਾਂ ਉਲਟਾ ਕਿਸੇ ਨੂੰ ਕਿਹਾ ਵੀ ਨਹੀਂ ਤੁਸੀਂ ਲਿਓ ਜੇ ਮੈਂ ਕਿਸੇ ਨੂੰ ਕਿਹਾ ਹੋਵੇ ਭਾਈ ਤੂੰ ਕਾਰ ਲੈ ਕੇ ਸਾਡੇ ਨਾਲ ਚੱਲਣਾ ਆਪੇ ਮੇਰੇ ਦੋਸਤਾਂ ਨੂੰ ਜਦੋਂ ਪਤਾ ਲੱਗੇ ਹੁੰਦੇ ਆਪੇ ਮੈਨੂੰ ਅਗਲਾ ਕਹਿੰਦਾ ਵੀ ਮੈਂ ਤਾਂ ਜਾਣਾ ਹੀ ਜਾਣਾ ਭਾਈ ਸਿਰੇ ਅਸੀਂ ਆ ਗਏ ਮੈਂ ਕਿਸੇ ਨੂੰ ਕਿਵੇਂ ਰੋਕਾਂ ਲੇ ਪੰਜਾਬ ਦੀ ਲੀਡਰਸ਼ਿਪ ਭਾਜਪੀ ਦੀ ਗੱਲ ਕਰਾਂ ਲੀਡਰਸ਼ਿਪ ਦੀ ਗੱਲ ਕਰਾਂ ਜਾਂ ਲੁਧਿਆਣਾ ਸ਼ਹਿਰ ਦੀ ਲੀਡਰਸ਼ਿਪ ਦੀ ਗੱਲ ਕਰਾਂ ਲਗਾਤਾਰ ਯੂਥ ਵੀ ਅਸਤੀਫੇ ਦੇ ਰਹੇ ਆ ਲਗਾਤਾਰ ਵੱਡੇ ਤੋਂ ਵੱਡੇ ਦਿਗਜ ਵੀ ਅਸਤੀਫਾ ਦੇ ਰਹੇ ਨੇ ਕਿ ਪੰਜਾਬ ਦੀ ਜਾਂ ਲੁਧਿਆਣਾ ਸ਼ਹਿਰ ਦੀ ਜਿਹੜੀ ਸਿਆਸਤ ਜਿਹੜ ਕਿਉਂ ਨਾਰਾਜ਼ ਨੇ ਲੋਕ ਲਗਾਤਾਰ ਇੰਟਰਵਿਊਜ਼ ਕੀਤੀਆਂ ਨੇ ਤੇ ਉਹ ਕਹਿੰਦੇ ਨੇ ਕਿ ਜ਼ਿਲ੍ਹਾ ਪ੍ਰਧਾਨ ਤੋਂ ਨਾਰਾਜ਼ ਆ ਜਿਨ੍ਹਾਂ ਨੂੰ ਆਪਣੀ ਵਜ਼ੀਰੀ ਜਿਹੜੀ ਆ ਆਪਣੇ ਪਰਿਵਾਰਾਂ ਦੇ ਵਿੱਚ ਹੀ ਦਿੱਤੀ ਜਾ ਰਹੀ ਆ ਤੇ ਬਾਕੀਆਂ ਦੀ ਕੋਈ ਵੈਲਿਊ ਨਹੀਂ ਦਿੱਤੀ ਜਾ ਰਹੀ ਇਹ ਕੀ ਚੱਲ ਰਿਹਾ ਬੀਜੇਪੀ ਦੇ ਵਿੱਚ ਦੇਖੋ ਜੋ ਜੋ ਬੀਜੇਪੀ ਅਟਲ ਬਿਹਾਰੀ ਬਾਜਪਾਈ ਜੀ ਵੀ ਲਈ ਸੀਗੀ ਜੋ ਪੰਜਾਬ ਚ ਬਲਰਾਮ ਜੀ ਦਾਸ ਟੰਡਨ ਜੀ ਵੀ ਲਈ ਸੀਗੀ ਬਾਉ ਹਿਤਵਲਾਸ਼ੀ ਜੀ ਵੀ ਲਈ ਸੀਗੀ ਔਰ ਪ੍ਰੋਫੈਸਰ ਰੇਨਬਾ ਜੀ ਵੀ ਲਈ ਸੀਗੀ ਮਦਨ ਮੋਨ ਮਿੱਤਲ ਜੀ ਵੀ ਲਈ ਸੀਗੀ ਮਨਜਨ ਕਾਲੀਆ ਜੀ ਵੀ ਲਈ ਸੀਗੀ ਅੱਜ ਉਹ ਬੀਜੇਪੀ ਨਹੀਂ ਹੈਗੀ ਅੱਜ ਤਾਂ ਸਿਰਫ ਆਪਦੇ ਚਾਹੇਤਿਆਂ ਨੂੰ ਖੁਸ਼ ਕਰਨ ਵਾਲੀ ਐ ਆਪਦੇ ਚਾਹੇਤਿਆਂ ਨਾਲ ਬੈਗੇ ਰੋਟੀਆਂ ਪਣੀਆਂ ਖਾਧੀਆਂ ਸਰਕਟ ਹੌਸਾਏ ਹੋਟਲ ਦੇ ਵਿੱਚ ਕਹਿ ਰਹੇ ਆਪ ਦਾ ਚਾਹ ਪਕੌੜੇ ਖਾਦੇ ਤੇ ਚਲੇ ਗਏ ਉਹ ਲੋਕ ਵਰਕਰਾਂ ਨਾਲ ਜੁੜੇ ਹੋਏ ਲੋਕ ਸੀਗੇ ਠੀਕ ਐ ਅੱਜ ਉਹ ਲੋਕ ਬਾਜਪਾਈ ਜੀ ਨੂੰ ਯਾਦ ਕਰਦੇ ਨਾ ਦੁਨੀਆ ਯਾਦ ਕਰਦੀ ਐ ਇੰਨਾ ਵੱਡਾ ਐਂਡੀਆ ਇੱਕ ਮੋਤੀਆਂ ਦੀ ਮਤਲਬ ਜਿਵੇਂ ਮਾਲਾ ਹੁੰਦੀ ਐ ਮਾਲਾ ਦੇ ਵਿੱਚ ਮੋਤੀ ਚਣਕੇ ਰੱਖਣੇ ਤੇ ਅੱਜ ਐਂਡੀਆ ਦੇ ਵਿੱਚ ਕਿੰਨੀਆਂ ਪਾਰਟੀਆਂ ਨੇ ਤੁਸੀਂ ਇਹਦਾ ਸਮਝਦੇ ਕੀ ਕਰਨਾ ਹੈ ਇਹਦਾ ਕਰਨਾ ਹੈ ਲੀਡਰਸ਼ਿਪ ਗੱਲ ਸਮਝੋ ਤੁਸੀਂ ਅੱਜ ਜੇ ਪੰਜਾਬ ਦਾ ਸੈਂਟਰ ਨੂੰ ਫਿਕਰ ਹੁੰਦਾ ਪੰਜਾਬ ਦੀ ਕੋਈ ਚਿੰਤਾ ਹੁੰਦੀ ਤਾਂ ਪੰਜਾਬ ਦੇ ਵਿੱਚ ਐਸੇ ਮੈਚੂਰ ਲੀਡਰ ਬੈਠੇ ਸੀ ਜਿਨ੍ਹਾਂ ਨੂੰ ਮੂਰੇ ਲਾਉਂਦੇ ਤੇ ਅੱਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਨਾ ਹੁੰਦੇ ਜੇ ਉਹ ਮੈਚੂਰ ਲੀਡਰਸ਼ਿਪ ਦੇ ਹੱਥ 'ਚ ਭਾਰਤੀ ਜਨਤਾ ਪਾਰਟੀ ਦੀ ਕਮਾਂਡ ਹੁੰਦੀ ਬੀਜੇਪੀ ਤਾਂ ਵੀ ਖਾਬ ਲੈ ਰਹੀ ਕਿ 17 ਸੀਟਾਂ ਸੀ ਜਿੱਤ ਜਾਂਗੇ ਕਿ 117 ਚੋਂ 17 ਤਾਂ ਉਹ 20 ਸੀਟਾਂ ਜਿੱਤ ਜਾਂਗੇ 117 ਚੋਂ 120 ਜਿੱਤ ਰਹੇ 117 ਦੇ ਵਿੱਚੋਂ 20 ਸੀਟਾਂ ਤੇ 17 ਸੀਟਾਂ ਜਿੱਤ ਜਾਣਗੇ ਹੋ ਸਕਦਾ ਜੀ ਉਹਨਾਂ ਦੀ ਆਪ ਦੀ ਕੋਈ ਕੈਲਕੂਲੇਸ਼ਨ ਹੋਊਗੀ ਪਹਿਲਾਂ ਉਹਨਾਂ ਨੂੰ 117 ਕੈਂਡੀਡੇਟ ਤਿਆਰ ਕਰੋ ਤੇ ਜਿੱਤਨ ਹਾਰਨ ਦੀ ਗੱਲ ਤਾਂ ਦੇਖੋ ਜਨਤਾ ਨੇ ਜਿਤਾਉਣਾ ਹੈ ਜਨਤਾ ਨੂੰ ਜਿਹੜੀ ਪਾਰਟੀ ਚੰਗੀ ਲੱਗੂਗੀ ਉਹਨੂੰ ਜਿਤਾਉਗੀ ਔਰ ਮੇਰਾ ਖਿਆਲ ਹੈ ਵੀ ਜਨਤਾ ਉਹਨੂੰ ਜਿਤਾਉਂਦੀ ਹੈ ਜਿੱਦੀ ਸਰਕਾਰ ਨਜ਼ਰ ਆਉਂਦੀ ਹੈ ਵੀ ਸਰਕਾਰ ਹੋਊਗੀ ਬੋਰਡ ਉਤਾਰ ਦਿੱਤੇ ਬੀਜਪੀ ਦੇ ਸਾਰੇ ਜਿਹੜੇ ਲੱਗੇ ਚੇਕਲੀ ਸਰ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ ਤੇ ਮੈਂ ਜਿੰਨਾਂ ਨਾਲ ਮੇਰਾ ਭਾਈਚਾਰਾ ਸੀ ਨਾ ਸੁਣੋ ਅੱਜ ਵੀ ਜਿਹੜੇ ਬੀਜੇਪੀ ਦੇ ਵਰਕਰ ਨੇ ਕੋਈ ਲੀਡਰ ਨੇ ਮੇਰੇ ਨਾਲ ਟੈਲੀਫੋਨ ਤੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਨਾ ਵਰਕਰਾਂ ਨੂੰ ਜਿਹੜੇ ਵੀ ਮੇਰੇ ਬੀਜੇਪੀ 'ਚ ਸਮਰਥਕ ਲੋਕ ਸੀਗੇ ਮੈਂ ਕਿਹਾ ਦੇਖੋ ਮੈਂ ਪਾਰਟੀ ਛੱਡੀ ਭਾਈਚਾਰਾ ਨਹੀਂ ਛੱਡਿਆ ਤੁਸੀਂ ਥੋਨੂੰ ਅੱਧੀ ਰਾਤੋਂ ਵੀ ਲੋੜ ਪੈਂਦੀ ਆ ਮੇਰੇ ਕੋਲ ਆਓ ਮੇਰੇ ਦਰਵਾਜ਼ੇ ਖੁੱਲ੍ਹਿਆ ਮੈਂ ਜੇ ਰਾਜਨੀਤੀ 'ਚ ਸੇਵਾ ਕਰਦਾ ਆ ਦੇਖੋ ਜੇ ਕੋਈ ਕਾਂਗਰਸੀ ਵੀ ਮੇਰੇ ਕੋਲ ਆਊਗਾ ਮੇਰੀ ਡਿਊਟੀ ਆ ਉਹਦੇ ਉਹਦਾ ਵੀ ਸਾਥ ਦੇਣਾ ਜੇ ਕੋਈ ਆਮ ਆਦਮੀ ਪਾਰਟੀ ਦਾ ਵੀ ਵਰਕਰ ਮੇਰੇ ਕੋਲੇ ਕੋਈ ਕੰਮ ਲੈ ਕੇ ਆਉਂਦਾ ਮੇਰੀ ਡਿਊਟੀ ਆ ਉਹਦਾ ਵੀ ਕੰਮ ਕਰਨਾ ਤੇ ਜਿਸ ਪਾਰਟੀ ਚ ਮੈਂ ਇਨਾ ਚਿਰ ਲਾਇਆ ਜੇ ਉਹ ਵਿਅਕਤੀ ਆਊਗਾ ਮੈਂ ਤਾਂ ਗਲੇ ਨਾ ਲਾਉਂਗਾ ਯਾਰ ਕਿਸੇ ਨੂੰ ਕਿਉਂ ਛੱਡੂਗਾ ਰਹੀ ਗੱਲ ਬੋਰਡਾਂ ਦੀ ਬੋਰਡ ਤਾਂ ਹੁਣ ਗੱਲ ਪੰਜਾਬ ਦੀ ਦੇ ਹੀ ਲੱਗਣੀ ਹੈ ਜੀ ਗੱਲ ਸੁਣ ਲਓ ਬੇਟੇ ਨੇ ਵੀ ਅਸਤੀਫਾ ਦਿੱਤਾ ਬੀਜੇਪੀ ਚੋਂ ਬੇਟਾ ਤਾਂ ਬੀਜੇਪੀ ਚ ਕੋਈ ਅਹੁਦੇਦਾਰੀ ਨਹੀਂ ਸੀ ਜਨਰਲ ਸੈਕਟਰੀ ਸੀ ਨਾ 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 ਬਿਲਕੁਲ ਨਹੀਂ ਸੀਗਾ ਨਾ 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 ਬੀਜੇਪੀ ਚ ਕੋਈ ਅਹੁਦਾ ਨਹੀਂ ਸੀ ਬੇਟੇ ਕੋਲੇ ਉਹਦਾ ਬਿਜ਼ਨਸ ਜਨਰਲ ਸੈਕਟਰੀ ਕਿਹਾ ਗਿਆ ਸੀਗਾ ਯੋਵਾ ਦਾ ਜਨਰਲ ਸਿਟੀ ਜ਼ਿਲੇ ਦਾ ਬਣਾਇਆ ਸੀ ਉਸ ਤੋਂ ਬਾਅਦ ਚ ਕੁਝ ਲੋਕਾਂ ਨੇ ਜਿਹੜੀ ਤੁਸੀਂ ਲੜਾਈ ਦੀ ਗੱਲ ਕੀਤੀ ਉਹ ਲੜਾਈ ਦੀ ਖੁੰਦਕ ਦੇ ਵਿੱਚ ਇਹਨਾਂ ਨੇ ਟੀਮ ਭੰਗ ਕਰਾਈ ਸੀ ਤੇ ਉਸ ਤੋਂ ਬਾਅਦ ਉਹਨੇ ਕਹਤਾ ਸੀ ਮੈਂ ਬਿਲਕੁਲ ਰਾਜਨੀਤੀ 'ਚ ਕੰਮ ਨਹੀਂ ਕਰਨਾ ਹੁਣ ਬਾਤ ਆ ਨਹੀਂ ਰਹੇਗਾ ਤੁਹਾਡਾ ਬੀਜੇਪੀ ਦਾ ਕੋਈ ਵੀ ਕਿਸ ਤਰ੍ਹਾਂ ਦਾ ਬਾ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਤੁਸੀਂ ਜੁਆਇਨ ਕਰ ਲੀਏ ਕੱਲ ਨੂੰ ਅਲਾਈਅੰਸ ਜਿੱਦਾਂ ਬਸਪਾ ਦੇ ਨਾਲ ਹੈ ਅਗਰ ਸਰਕਾਰ ਬਣਾਉਣ ਦੀ ਜ਼ਰੂਰਤ ਪੈਗੀ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਭਾਜਪਾ ਨਾਲ ਅਲਾਈਅੰਸ ਕਰਦੀ ਹੈ ਤਾਂ ਕਮਲ ਚੇਤਰੀ ਦੁਬਾਰਾ ਵਿਚੇ ਪੇ ਜਾਣਾ ਚਾਹਣਗੇ ਮੇਰੀ ਜਿੰਨੀ ਜ਼ਿੰਦਗੀ ਬੀਤਦੀ ਹੈ ਨਾ ਉਹ ਸ਼੍ਰੋਮਣੀ ਅਕਾਲੀ ਦਲ 'ਚ ਹੀ ਜਾਊਗੀ ਗੱਲ ਸੁਣ ਲਓ ਅਖੀਰਲਾ ਸਾਹ ਜਿਹੜਾ ਹੈਗਾ ਨਾ ਸ਼ਰਮਣੀ ਕਾਲੀ ਦਿਲ ਚ ਹੀ ਰਹੂਗਾ ਚਿੰਤਾ ਨਾ ਕਰੋ ਤੁਸੀਂ ਮੈਂ ਕਿਸੇ ਦੇ ਪ੍ਰੈਸ਼ਰ ਚ ਕਿਸੇ ਦੇ ਦਬਾਅ ਚ ਨਾ ਜ਼ਿੰਦਗੀ ਚ ਕੰਮ ਕੀਤਾ ਨਾ ਮੈਂ ਕਰਨਾ ਮੇਰੀ ਜੋ ਅੰਤਰਾਤਮਾ ਕਹਿੰਦੀ ਹੈ ਨਾ ਮੈਂ ਉਹ ਕੰਮ ਕਰਦਾ ਮੇਰੇ ਲਈ ਕੋਈ ਅਹੁਦੇ ਪਦਾਂ ਦੀ ਕੋਈ ਵੱਡੀ ਕੋਈ ਅਹਿਮੀਅਤ ਨਹੀਂ ਹੈ ਜਿੱਤੋਂ ਮੈਂ ਦੱਸਾਂ ਗੱਲ ਮੇਰੀ ਜੋ ਅੰਤਰਾਤਮਾ ਕਹਿੰਦੀ ਹੈ ਨਾ ਮੈਂ ਉਹ ਕੰਮ ਕਰਦਾ ਜੀ ਬਿਲਕੁਲ ਸਾਡੇ ਕਮਲ ਚੀਟਰੀ ਸਾਡੇ ਮਜੂਦ ਸਿਗੇ ਜਿਨ੍ਹਾਂ ਨੇ ਦੱਸਿਆ ਕਿ ਕਿ ਜਿਹੜੇ ਪਾਰਟੀ ਜਿਹੜੀ ਛੱਡੀ ਗਈ ਹੈ ਕੁਝ ਗੱਲਾਂ ਕਰਕੇ ਹੀ ਪਾਰਟੀ ਛੱਡੀ ਗਈ ਹੈ ਜਦੋਂ ਅਸੀਂ ਹੋਟਲ ਦੇ ਵਿੱਚ ਇੱਕ ਲੜਾਈ ਝਗੜਾ ਹੁੰਦਾ ਉਹ ਗੱਲ ਪੁੱਛੀ ਤਾਂ ਕਮਲ ਸ਼ੇਟ ਜਿਹਨੇ ਨਾਮ ਲਾਇਆ ਜ਼ਰੂਰੀ ਨਹੀਂ ਸਮਝਿਆ ਲੇਕਿਨ ਜੋ ਗੁੱਸਾ ਸੀਗਾ ਦੇ ਅੰਦਰ ਉਹ ਜਿਹੜਾ ਸਾਫ਼ ਹੀ ਜਿਹੜਾ ਕੱਢ ਦਿੱਤਾ ਵਾ ਲੇਕਿਨ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਹੈ ਕਿ ਸ਼੍ਰੋਮਣੀ ਕਾਲੀ ਦਲ ਨੇ ਕਿਹਾ ਹੈ ਕਿ ਪਾਰਟੀ ਜਿਹੜੀ ਹੈ ਹੁਣ ਮੇਰੀ ਕੋਈ ਹੀ ਪਾਰਟੀ ਸ਼੍ਰੋਮਣੀ ਕਾਲੀ ਦਲ ਚਾਹੇ ਮੈਨੂੰ ਉਦੇ ਨਹੀਂ ਜਰੂਰਤ ਨਹੀਂ ਹੈ ਚਾਹੇ ਪਾਰਟੀ ਜੋ ਵੀ ਮੇਰੇ ਕੰਮ ਲਗਾਉਗੀ ਹੋ ਮੈਂ ਕੰਮ ਜਿਹੜਾ ਹੈ ਤਹਿ ਦਿਲੋਂ ਕਰਾਂਗਾ ਤੇ ਲੇਕਿਨ ਬੇਟਾ ਸਾਹਿਬ ਦੀ ਗੱਲ ਕੀਤੀ ਕਿਤਾ ਬੇਟਾ ਸਾਹਿਬ ਨੇ ਜਨ ਸੇਕਟਰੀ ਦੇ ਉਦੇ ਤੋਂ ਅਸਤੀਫਾ ਦੇ ਦਿੱਤਾ ਲੇਕਿਨ ਇਹਨਾਂ ਨੇ ਕਿਹਾ ਉਹ ਪਾਰਟੀ ਜਿਹੜੀ ਬੀਜੇਪੀ ਹੁਣ ਜਮ੍ਹਾਂ ਹੀ ਛੱਡ ਦਿੱਤੀ ਹੈ ਜਮ੍ਹਾਂ ਇਸ ਕਰਕੇ ਛੱਡ ਦਿੱਤੀ ਕਿ ਉਹ ਕਿਸਾਨ ਦੇ ਹਿੱਤ ਦੇ ਵਿੱਚ ਪਾਰਟੀ ਨਹੀਂ ਹੈ ਤੇ ਕਿਸਾਨ ਲਗਾਤਾਰ ਸ਼ਾਤਾਂ ਕਿਸਾਨਾਂ ਦੀ ਹੋ ਰਹੀਆਂ ਨੇ ਤੇ ਹਰਿਆਣਾ ਜਿਹੜੀ ਪਾਰਟੀ ਕਿਸਾਨਾਂ ਦਾ ਹੱਲ ਕਰੂਗੀ ਕਿਸਾਨ ਵੀ ਜਿਹੜੇ ਨੇ ਉਹੀ ਸੀ ਪਾਰਟੀ ਨੂੰ ਹੀ ਵੋਟ ਦੇਣਗੇ ਤਾਂ ਉਹਦੇ ਹੀ ਜਿਹੜੇ ਕਾਰਕਟਰਾਂ ਉਹਨਾਂ ਨੂੰ ਜਿਤਾਣਗੇ ਲੋਦਣਾ ਤੋਂ ਹਣੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੋਦਣਾ ਲਈ